ਚਰਨਜੀਤ ਬਰਾੜ ਹੋਰਾਂ ਨੇ ਇੱਕ ਗੱਲ ਹੋਰ ਲਿਖੀ, ਕਹਿੰਦੇ ਵੀ ਮੈਂ ਇਹ ਗੱਲ ਰੱਖੀ ਸੀ ਪਾਰਟੀ ਦੇ ਵਿੱਚ ਕਿ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਖਾਲਸਾ ਹੋਰਾਂ ਦੇ ਅਗੇਂਸਟ ਕੋਈ ਉਮੀਦਵਾਰ ਨਹੀਂ ਉਤਾਰਨਾ ਚਾਹੀਦਾ, ਪਰ ਕਹਿੰਦੇ ਵੀ ਬੰਟੀ ਰੁਮਾਣਾ ਹੋਰਾਂ ਨੇ ਮੇਰੀ ਇਸ ਗੱਲ ਦਾ ਵਿਰੋਧ ਕੀਤਾ। ਜਿਹੜੀ ਸਾਡੀ ਲਾਸਟ ਮੀਟਿੰਗ ਹੋਈ ਜਿੰਨੇ ਨਿਮਤ ਸਾਡੇ ਫੈਸਲੇ ਹੋਏ, ਉਸ ਵੇਲੇ ਅੰਮ੍ਰਿਤਪਾਲ ਕਿਸੇ ਪਿਕਚਰ 'ਚ ਨਹੀਂ ਸੀ। ਅੰਮ੍ਰਿਤਪਾਲ ਜਦੋਂ ਕਾਗਜ਼ ਭਰ ਲਏ ਉਸ ਵੇਲੇ ਅੰਮ੍ਰਿਤਪਾਲ ਐਂਟਰ ਕੀਤਾ। ਜਦੋਂ ਕਾਨੂੰਨ ਕਹਿੰਦਾ ਕਿ ਜਿਸਨੇ ਜਿੰਨੀ ਸਜ਼ਾ ਦਿੱਤੀ ਉਸ ਤੋਂ ਡੂਢੀ ਕੱਟੀ ਬੈਠੇ ਨੇ, ਹੋਰ ਦੇਸ਼ 'ਚ ਲੋਕਾਂ ਨੂੰ ਛੱਡੀ ਜਾਂਦੇ, ਫਿਰ ਇਹਨਾਂ ਨੂੰ ਕਿਉਂ ਨਹੀਂ ਛੱਡਦੇ? ਫਿਲਿਕਸ ਮਾਨੋ ਵਾਲੇ ਕੇਸ 'ਚ ਐਡਾ ਹੀਨੀਅਸ ਕ੍ਰਾਈਮ ਹੈ, ਮਰਡਰ ਅੱਡ ਹੈ, ਰੇਪ ਅੱਡ ਹੈ, ਇੰਨੀ ਬੁਰਾ ਕੇਸ ਹੈ, ਉਹਦੇ 'ਚ ਤੁਸੀਂ ਛੱਡ ਸਕਦੇ? ਤੂੰ ਦੁਬਾਰਾ ਗੁਨਾਹ ਕਰੂ ਫਿਰ ਫੜ ਲਓ। ਅਸੀਂ ਕਦੋਂ ਕਹਿੰਦੇ ਕਿ ਗੁਨਾਹਗਾਰ ਨੂੰ ਫੜੋ? ਅਸੀਂ ਨਹੀਂ ਅਮਰ ਸ਼ਾਂਤੀ ਚਾਹੁੰਦੇ। ਉਹ ਛੱਡ ਸਕਦੇ ਨੇ, ਸਾਡੇ ਵਾਰੀ ਆ ਕੇ ਅਸੀਂ ਗਲਤ ਕਰਦੇ ਹਾਂ, ਸਾਡੀ ਮੰਗ ਗਲਤ ਹੈ। ਅੱਜ ਸਾਨੂੰ ਦੁੱਖ ਹੈ ਕਿ ਸਾਨੂੰ ਇੱਕ ਮਨੋਰਟੀ ਹੋਣ ਕਰਕੇ ਸਾਡੇ ਸਾਰੇ ਇਸ਼ੂ ਉੱਥੇ ਦੇ ਉੱਥੇ ਪਏ ਨੇ। ਅਸੀਂ ਕੋਈ ਗੱਲ ਕਰਦੇ ਹਾਂ ਖਾਲਸਾ ਨਾਲ ਜੋੜਦੇ, ਜੇ ਅਸੀਂ ਫੈਡਰਲ ਸਿਸਟਮ ਮੰਗਿਆ ਇਹ ਖਾਲਸਾ ਨੇ ਗੱਲ ਹੈ ਜੀ, ਕੀ ਮੋਰ ਪਾਵਰ ਖਾਲਸਾ ਨੇ? ਕੀ ਕਿਸਾਨਾਂ ਦੀ ਕੀਮਤ ਐਮ ਐਸ ਪੀ ਨਾਲ ਜੋੜਨਾ ਖਾਲਸਾ ਨੇ? ਕੀ ਦਰਿਆਵਾਂ ਦਾ ਪਾਣੀ ਜੋ ਨੇਚਰ ਦੁਨੀਆ ਦਾ ਕਾਨੂੰਨ ਹੈ, ਨੇਚਰ ਲਾਅ ਹੈ, ਕੀ ਉਹ ਖਾਲਸਾ? ਕੀ ਇਹ ਹਿੰਦੂ ਧਰਮ 'ਚ ਕੋਈ ਹੋਰ ਦਖਲ ਦੇ ਅਸੀਂ ਜਾ ਕੇ ਬਹਿ ਸਕਦੇ ਉੱਥੇ ਅਯੁੱਧਿਆ 'ਚ ਆ ਕੇ? 1925 ਦਾ ਐਕਟ ਤੋੜ ਕੇ ਇਹਨਾਂ ਨੇ ਹਜ਼ੂਰ ਸਾਹਿਬ ਅੱਡ ਕਰਤਾ, ਪਟਨਾ ਸਾਹਿਬ ਅੱਡ ਕਰਤਾ, ਦਿੱਲੀ ਅੱਡ ਕਰਤੀ। 1972 ਦੇ ਮਤੇ ਨੂੰ ਇਹ ਕਹਿਣ ਲੱਗ ਗਏ, ਇਹ ਮਤੇ 'ਚ ਤਾਂ ਬਖਵਾਦ ਦੀ ਬੋ ਹੋਣੀ। ਤੁਸੀਂ ਇਹਨਾਂ ਦੋਵਾਂ ਆਜ਼ਾਦ ਉਮੀਦਵਾਰਾਂ ਦੀ ਜਿੱਤ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿ ਤੁਹਾਨੂੰ ਲੱਗਦਾ ਹੈ ਕਿ ਅੱਜ ਪੰਥਕ ਸਿਆਸਤ ਦੇ ਵਿੱਚ ਇੱਕ ਹੋਰ ਰਸਤਾ ਅਖਤਿਆਰ ਹੋ ਰਿਹਾ? ਮੈਂ ਨਹੀਂ ਮੰਨਦਾ। ਸਾਡਾ ਇੱਕ ਏਜੰਡਾ ਹੈ, ਜਿਹੜਾ ਏਜੰਡਾ ਸਾਡਾ ਆਜ਼ਾਦੀ ਤੋਂ ਬਾਅਦ ਜਦੋਂ ਦੇਸ਼ ਬਣਿਆ ਜੋ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਤਾਂ ਸਾਰੇ ਮੁੱਕਰ ਗਏ। ਜੇ ਅਸੀਂ ਐਮ ਐਸ ਪੀ ਦੀ ਗੱਲ ਕਰਦੇ ਸੀ, ਕਿਹੜੀ ਮਾੜੀ ਗੱਲ ਕਰਤੀ? ਇਹ ਸਾਰੇ ਦੇਸ਼ ਦਾ ਅਸੀਂ ਢਿੱਡ ਭਰਿਆ, ਆਪਣਾ ਅਸੀਂ ਵਾਤਾਵਰਨ ਖਤਮ ਕਰ ਲਿਆ, ਪਾਣੀ ਖਤਮ ਕਰ ਲਿਆ, ਧਰਤੀ ਖਤਮ ਕਰ ਲਈ, ਇਹਨੇ ਸਾਡੀ ਕੀ ਕਦਰ ਪਾਈ? ਅੱਜ ਕੱਲ੍ਹ ਸਾਨੂੰ ਲੋੜ ਹੀ ਕੋਈ ਨਹੀਂ ਕਿ ਅਸੀਂ ਬਾਹਰ ਖਾ ਗਏ ਕਿ ਲੋਕਾਂ ਨੂੰ ਭੁਲੇਖਾ ਰਹਿ ਗਿਆ ਕਿ ਜਿੱਤਣ ਤੋਂ ਬਾਅਦ ਤਾਂ ਬੀਜੇਪੀ ਸਪੋਰਟ ਨਾ ਕਰ ਜਾਣ ਵਿਧਾਨ ਤੋੜਨ ਵਾਲਿਆਂ ਨੇ। ਬਿਲਕੁਲ ਸਾਡਾ ਸਮਝੌਤਾ ਇਸ਼ੂ ਤੋਂ ਬਗੈਰ ਹੋ ਹੀ ਨਹੀਂ ਸਕਦਾ, ਹੋ ਹੀ ਨਹੀਂ ਸਕਦਾ। ਜੇ ਅਸੀਂ ਸਮਝੌਤਾ ਇਸ਼ੂ ਤੋਂ ਬਗੈਰ ਕਰ ਲੈਂਦੇ, ਇਹ ਨਾਲ ਸੁਲਾਹ ਕਰ ਲੈਂਦੇ, 6 ਮਹੀਨੇ ਤੋੜ ਕੇ ਸਾਨੂੰ ਦੁਸ਼ਯੰਤ ਹੋਰਾਂ ਵਾਂਗੂ ਆ 20 ਵਾਰੀ ਆ ਜਿਹੜੇ ਚੰਦਰਬਾਬੂ ਨਾਇਡੂ ਨੇ ਕਿੰਨੀ ਬੇਇੱਜ਼ਤੀ ਕੀਤੀ ਹੈ, ਨਜ਼ੀਸ਼ ਦੀ ਕਿੰਨੀ ਬੇਇੱਜ਼ਤੀ ਕੀਤੀ ਹੈ, ਵਾਰ ਕਿੰਨਿਆਂ ਦੀ ਬੇਇੱਜ਼ਤੀ ਕੀਤੀ ਹੈ, ਸਾਡੀ ਉਹ ਬੇਇੱਜ਼ਤੀ ਕਰਕੇ ਸੁੱਟ ਦਿੰਦੇ। ਪ੍ਰਾਈਮ ਏਸ਼ੀਆ ਟੀ ਵੀ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਤੁਹਾਡੇ ਨਾਲ ਹਰਸਿਮਰਨ ਕੌਰ। ਹਾਲ ਹੀ ਦੇ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਨੇ ਅਤੇ ਪੰਜਾਬ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਇਸ ਵਾਰ ਕਾਂਗਰਸ ਦੇ ਹਿੱਸੇ 7 ਸੀਟਾਂ ਆਈਆਂ ਨੇ, ਆਮ ਆਦਮੀ ਪਾਰਟੀ ਦੇ ਹਿੱਸੇ 3 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ 1 ਸੀਟ ਲੋਕ ਸਭਾ ਦੀ ਆਈ ਹੈ। ਅੱਗੇ ਪੰਜਾਬ ਦੇ ਵਿੱਚ 5 ਜ਼ਿਮਨੀ ਚੋਣਾਂ ਵੀ ਨੇ। ਅਜਿਹੀ ਸਥਿਤੀ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਕਿੱਥੇ ਖੜ੍ਹਾ ਅਤੇ ਜ਼ਿਮਨੀ ਚੋਣਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੀ ਕੀ ਤਿਆਰੀ ਹੈ, ਇਸ ਬਾਰੇ ਗੱਲਬਾਤ ਕਰਾਂਗੇ ਅਤੇ ਇਸ ਗੱਲਬਾਤ ਦੇ ਵਿੱਚ ਸਾਡੇ ਨਾਲ ਹੋਣਗੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਲਵਿੰਦਰ ਸਿੰਘ ਭੁੰਦੜ ਜੀ। ਭੁੰਦੜ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀ ਬਾਈ, ਸਤਿ ਸ਼੍ਰੀ ਅਕਾਲ। ਭੁੰਦੜ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦੇ ਸਾਹਮਣੇ ਇਸ ਸਮੇਂ ਚੁਣੌਤੀਆਂ ਬਹੁਤ ਨੇ, ਕੁਝ ਬਗਾਵਤੀ ਸੁਰਾਂ ਵੀ ਨੇ ਅਤੇ ਪੰਜਾਬ ਦੇ ਵਿੱਚ 5 ਜ਼ਿਮਨੀ ਚੋਣਾਂ ਵੀ ਨੇ। ਜਦੋਂ ਲੋਕ ਸਭਾ ਚੋਣਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ 1 ਸੀਟ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈ ਹੈ। ਅੱਜ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਕਿੱਥੇ ਖੜ੍ਹਾ ਮੰਨਦੇ ਹੋ? ਕਦੇ ਮਨੋਰਟੀ ਡੈਮੋਕ੍ਰੇਸੀ 'ਚ ਵੋਟਾਂ ਨਾਲ ਜਿੱਤ ਨਹੀਂ ਸਕਦੀ, ਔਰ ਬੜੀ ਛੋਟੀ ਮਨੋਰਟੀ ਆ ਹਿੰਦੁਸਤਾਨ ਦੀ ਸਾਰੀ ਆਬਾਦੀ 'ਚ। ਅਸੀਂ 1.5% ਬਣਦੇ ਹਾਂ, ਮੁਸਲਮਾਨ 7 ਤੋਂ ਜ਼ਿਆਦਾ ਨੇ, ਇਸਾਈ 7 ਤੋਂ ਜ਼ਿਆਦਾ ਨੇ, ਬੋਧੀ ਜੈਨੀ 7 ਤੋਂ ਜ਼ਿਆਦਾ ਨੇ। ਸਭ ਤੋਂ ਘੱਟ ਜਿਹੜੀ ਮਨੋਰਟੀ ਹੈ ਉਹ ਸਿੱਖ ਮਨੋਰਟੀ ਹੈ, ਲੇਕਿਨ ਸਿੱਖ ਮਨੋਰਟੀ ਇੱਕ ਬੜੀ ਬਹਾਦਰ ਮਨੋਰਟੀ ਹੈ।
ਇਹਦੀਆਂ ਬੜੀਆਂ ਵੱਡੀਆਂ ਕੁਰਬਾਨੀਆਂ ਇਹਨਾਂ ਨੇ ਵੱਡੇ ਬਜ਼ੁਰਗਾਂ ਦੀਆਂ ਤਾਂ ਗੱਲਾਂ ਛੱਡੋ, ਸਾਡੇ ਜਿਹੜੇ ਬਜ਼ੁਰਗਾਂ ਨੇ ਜਦੋਂ ਇਹ ਪਾਰਟੀ ਬਣੀ ਉਸ ਵੇਲੇ ਅੰਗਰੇਜ਼ ਨੂੰ ਹਰਾ ਕੇ ਆਪਣੀਆਂ ਗੱਲਾਂ ਮਨਵਾ ਕੇ ਇਸ ਪਾਰਟੀ ਦੀ ਨਿਓ ਉਸ ਵੇਲੇ ਉਸ ਖੂਨ 'ਚੋਂ ਜਿਹੜਾ ਉਸ ਵੇਲੇ ਖੂਨ ਡੁੱਲਿਆ ਜਿਸ ਨਾਲ ਉਹ ਸ਼ਕਤੀ ਲੈ ਕੇ ਅੰਗਰੇਜ਼ ਨੂੰ ਹਰਾਇਆ ਇਹ ਉਸ 'ਚੋਂ ਪੈਦਾ ਹੋਈ ਪਾਰਟੀ ਇਹ ਸੋਸ਼ਲ ਮੀਡੀਆ ਦੀ ਪਾਰਟੀ ਨਹੀਂ। ਬਿਲਕੁਲ ਨੰਬਰ ਇੱਕ। ਨੰਬਰ ਦੋ ਮੈਂ ਕਹਾਂਗਾ ਕਿ ਡੈਮੋਕ੍ਰੇਸੀ 'ਚ ਮਨੋਰਟੀ ਕਦੇ ਜਿੱਤੀ ਨਹੀਂ ਸਕਦੀ, ਮਜੋਰਟੀ ਹਮੇਸ਼ਾ ਕਿ 535 ਸੀਟਾਂ 'ਚ ਅਸੀਂ ਨਿੱਕੀ ਸਟੇਟ 13 ਪਾਰਲੀਮੈਂਟ ਸੀਟਾਂ ਨੇ, ਜੇ 13 ਵੀ ਜਿੱਤੇ ਜੇ ਕਿ ਅਸੀਂ ਆਪਣੀ ਗੱਲ ਬਣਵਾ ਸਕਦੇ ਹਾਂ 535 'ਚ। ਇਸ ਕਰਕੇ ਇਹ ਤਾਂ ਇੱਕ ਬਹਾਦਰ ਕੌਮ ਹੈ, ਸਾਡਾ ਇੱਕ ਏਜੰਡਾ ਹੈ ਜਿਹੜਾ ਏਜੰਡਾ ਸਾਡਾ ਆਜ਼ਾਦੀ ਤੋਂ ਬਾਅਦ ਜਦੋਂ ਦੇਸ਼ ਬਣਿਆ ਜੋ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਤਾਂ ਸਾਰੇ ਮੁੱਕਰ ਗਏ। ਜੋ ਉਸ ਵੇਲੇ ਹਿਸਟਰੀਆਂ ਪੜ੍ਹੋ ਜੋ ਮਹਾਤਮਾ ਗਾਂਧੀ ਨੇ ਕਿਹਾ ਸੀ ਜੋ ਨਹਿਰੂ ਨੇ ਕਿਹਾ ਸਾਰੀਆਂ ਗੱਲਾਂ ਮੁੱਕਰ ਗਏ। ਮੁੱਕਰ ਤੋਂ ਬਾਅਦ ਅਸੀਂ ਇੱਕਦਮ ਜੋ ਦੇਖਿਆ ਥੋੜ੍ਹੇ ਚਿਰ ਬਾਅਦ ਕਿ ਸਾਡੇ ਨਾਲ ਬੜਾ ਬੜਾ ਵਿਤਕਰਾ ਹੋਣ ਲੱਗ ਗਿਆ। ਅਸੀਂ ਪਾਕਿਸਤਾਨ 'ਚੋਂ ਆਪਣੀਆਂ ਜਾਇਦਾਦਾਂ ਛੱਡ ਕੇ ਆਏ, 10 ਲੱਖ ਬੰਦਾ ਭੈਣ ਭਰਾ ਮਰਵਾ ਕੇ ਆਏ, ਇੱਥੇ ਆ ਕੇ ਝੁੰਮੀਆਂ 'ਚ ਬੈਠੇ, ਜਾਇਦਾਦਾਂ ਖਤਮ ਕਰ ਲਈਆਂ, ਬੜੀ ਗਰੀਬੀ ਤੋਂ ਦੁਆਰਾ ਜ਼ਿੰਦਗੀ ਸ਼ੁਰੂ ਕਰਕੇ ਫਿਰ ਆਪਣੇ ਪੈਰਾਂ 'ਤੇ ਖੜ੍ਹੇ ਹੋਏ, ਕਿੱਧਰ ਗਏ ਵਾਅਦੇ ਇਹਨਾਂ ਦੇ? ਤਾਂ ਇਸ ਵੇਲੇ ਅਸੀਂ 1962 ਤੋਂ ਸ਼ੁਰੂ ਕਰਤਾ ਥੋੜ੍ਹਾ ਚਿਰ ਇਹਨਾਂ ਨੂੰ ਦੇਖਣ ਤੋਂ ਬਾਅਦ ਕਿ ਸਾਨੂੰ ਜਿੰਨਾ ਚਿਰ ਫੈਡਰਲ ਸਿਸਟਮ ਨਹੀਂ ਮਿਲਦਾ ਸਾਨੂੰ ਉੰਨਾ ਚਿਰ ਸਾਡੀ ਗੱਲ ਨਹੀਂ ਬਣਦੀ। ਉਸ ਵੇਲੇ ਅਸੀਂ 1962 ਦੇ ਰੈਜੂਲੇਸ਼ਨ ਨੂੰ ਅਸੀਂ ਇੱਕ ਬੜੀ ਵੱਡੀ ਕਾਨਫਰੰਸ ਕਰਦੇ ਹੁੰਦੇ ਸੀ, ਆਲ ਇੰਡੀਆ ਜਾਂ ਆਲ ਵਰਲਡ ਸਿੱਖ ਕਾਨਫਰੰਸ ਕਰਦੇ ਸੀ, ਸਾਰੀ ਦੁਨੀਆ 'ਚ ਸਿੱਖ ਨੁਮਾਇੰਦੇ ਸ਼ਾਮਿਲ ਹੁੰਦੇ ਸੀ, ਹਿੰਦੁਸਤਾਨ 'ਚ ਹੁੰਦੇ ਸੀ, ਬੜਾ ਵੱਡਾ ਇਕੱਠ ਕਰਦੇ ਸੀ, ਉਹ 'ਚ ਅਸੀਂ ਅੱਗੇ ਏਜੰਡਾ ਤੈਅ ਕਰਦੇ ਸੀ। ਉਸ ਤੋਂ ਬਾਅਦ ਅਸੀਂ 1962 ਦੇ ਮਤੇ ਨੂੰ 1972 'ਚ ਅਨੰਦਪੁਰ ਸਾਹਿਬ ਦਾ ਮਤਾ ਨਾਲ ਅਸੀਂ ਬਦਲਿਆ। 1972 ਦੇ ਮਤੇ ਨੂੰ ਇਹ ਕਹਿਣ ਲੱਗ ਗਏ ਇਹ ਮਤੇ 'ਚ ਤਾਂ ਵੱਖਵਾਦ ਦੀ ਵੋ ਆਉਂਦੀ ਹੈ, ਉਹਦੇ 'ਤੇ ਸਾਡੇ ਬੜੀ ਲੰਬੀ ਲੜਾਈ ਹੋਈ। ਲੇਕਿਨ 1978 'ਚ ਆ ਕੇ ਜਦੋਂ ਕਿ ਅਸੀਂ ਪੰਜਾਬ 'ਚ ਮੁੱਖ ਮੰਤਰੀ ਵੀ ਅਕਾਲੀ ਦਲ ਦਾ ਸੀ, ਸਾਡੀ ਸਟੇਜ 'ਤੇ ਮਾਰਕ ਸੀ ਸੁਰਜੀਤ ਜੋ CPM ਹੈ ਕਮਿਊਨਿਸਟ ਪਾਰਟੀ ਦਾ ਆਲ ਇੰਡੀਆ ਦਾ ਜਨਰਲ ਸੈਕਟਰੀ ਬੈਠਾ ਸੀ, ਹਿੰਦੁਸਤਾਨ ਦਾ ਆਉਣ ਵਾਲਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਜਿਹੜੇ ਬਣੇ ਉਹ ਸਟੇਜ 'ਤੇ ਬੈਠੇ ਸੀ। ਅਸੀਂ ਉਸ ਮਤੇ ਨੂੰ ਜਿਹੜਾ ਕੋਈ ਲਫ਼ਜ਼ ਇਹਨੂੰ ਸਖ਼ਤ ਦਿੰਦਾ ਸੋਧ ਕੇ ਅਸੀਂ ਉਸਨੂੰ ਜੋ ਦੇਸ਼ ਦੇ ਵਿਧਾਨ ਦੇ ਮੁਤਾਬਕ ਫੈਡਰਲ ਸਿਸਟਮ ਸੀ ਅਸੀਂ 1978 ਦਾ ਫਿਰ ਉਹ ਮਤਾ ਪਾਸ ਕੀਤਾ। ਸਾਡਾ ਏਜੰਡਾ 1978 ਦਾ ਅੱਜ ਵੀ ਆਉਂਦਾ, ਸਾਡਾ ਮੈਨੀਫੈਸਟੋ ਪੜ੍ਹ ਲਓ ਜੋ ਅਸੀਂ ਚੋਣ ਐਲਾਨਨਾਮਾ ਕੀਤਾ, ਉਹ ਐਲਾਨਨਾਮੇ ਸਾਡੀਆਂ ਪਹਿਲੀਆਂ ਗੱਲਾਂ, ਉਹੀ ਸਾਡਾ ਮਤਾ ਹੈ। ਇਸ ਕਰਕੇ ਅਸੀਂ ਲੜ ਰਹੇ ਹਾਂ ਆਪਣੇ ਧਰਮ, ਪੰਜਾਬ, ਪੰਜਾਬੀਅਤ ਔਰ ਪੰਜਾਬ ਦੇ ਮਸਲਿਆਂ ਵਾਸਤੇ ਜੀ, ਕਿਸਾਨੀ ਵਾਸਤੇ, ਇੱਥੋਂ ਦੀ ਜਨਤਾ ਦੀ ਤਰੱਕੀ ਵਾਸਤੇ। ਹੁਣ ਜਿਹੜੇ ਸਾਡੇ ਮਸਲੇ ਨੇ ਅਸੀਂ ਉਹਨਾਂ 'ਤੇ ਜਦੋਂ ਲੜਦੇ ਹਾਂ, ਇਹ ਜਿਹੜੀ ਚੋਣ ਹੋਈ ਹੈ ਇਹ ਚੋਣ ਹੋਰ ਇਸ਼ੂ 'ਤੇ ਹੋਈ ਹੈ, ਇਹ ਚੋਣ ਹੋਈ ਹੈ ਇਸ ਇਸ਼ੂ 'ਤੇ ਕਿ ਕੀ ਵਿਧਾਨ ਰੱਖਣਾ ਕਿ ਵਿਧਾਨ ਖਤਮ ਕਰਨਾ, ਮੋਦੀ ਨੂੰ ਵਿਧਾਨ ਖਤਮ ਕਰਨ ਵਾਲਾ ਦੇਸ਼ 'ਚ ਪੁੱਟ ਹੋਇਆ ਜਿਹੜਾ ਕਿ ਇਸ ਪਾਸੇ ਨੂੰ ਤੁਰ ਪਿਆ ਸੀ ਸਖਤੀ ਨਾਲ, ਹਰ ਗੱਲ ਪਹਿਲਾਂ ਮਰਜ਼ੀ ਨਾਲ ਕਰਨ ਲੱਗ ਗਿਆ ਸੀ। ਦੂਸਰੇ ਪਾਸੇ ਕਿ ਇਸ ਨੂੰ ਵਿਧਾਨ ਨੂੰ ਬਚਾਉਣਾ, ਜੇ ਬਚਾਉਣਾ ਹੈ OBC SC ਪਲੱਸ ਮਨੋਰਟੀਆਂ ਇਕੱਠੇ ਹੋ ਜਾਓ, ਨਹੀਂ ਤੁਹਾਨੂੰ ਇਹ ਮਾਰ, ਕਿਉਂਕਿ ਮੁਸਲਮਾਨ ਦੇ ਕਿੱਡੇ ਵੱਡੇ ਅਟੈਕ ਕਰ ਰਿਹਾ ਸੀ, ਇਸਾਈਆਂ 'ਤੇ ਅਟੈਕ ਹੋ ਰਹੇ ਸੀ, ਫਿਰ ਤੁਹਾਡਾ ਜਿਹੜਾ ਹੈਗਾ ਰਿਜ਼ਰਵੇਸ਼ਨ 'ਤੇ ਅਟੈਕ ਹੋ ਰਹੇ ਸੀ, ਕਿੰਨੀਆਂ ਚੀਜ਼ਾਂ 'ਤੇ ਅਟੈਕ ਹੋ ਰਹੇ ਸੀ। ਇਹਨਾਂ ਅਟੈਕਾਂ ਨਾਲ ਜਨਤਾ ਦੇ ਮਨ 'ਚ ਵੀ ਆ ਗਿਆ ਕਿ ਦੇਖੋ ਜੇ ਮੋਦੀ ਨਹੀਂ ਹਟਦਾ ਤਾਂ ਵਿਧਾਨ ਨਹੀਂ ਬਚਣਾ। ਇਹ ਜਦੋਂ ਦੋ ਇਸ਼ੂ ਆਏ ਤਾਂ ਜਿਹੜਾ ਸਾਡਾ ਇਸ਼ੂ ਸੀ, ਜੋ ਸਾਡਾ ਇੱਕ ਕਮਿਊਨਿਟੀ ਦਾ ਇਸ਼ੂ ਸੀ, ਉਹ ਇਸ ਤੋਂ ਵੱਖਰਾ ਹੋ ਗਿਆ, ਉਹ ਦੋ ਹਿੱਸਿਆਂ 'ਚ ਦੇਸ਼ ਵੰਡਿਆ ਗਿਆ, ਇੱਕ ਮੋਦੀ ਹਟਾਓ ਇੱਕ ਮੋਦੀ ਬਚਾਓ, ਅਸੀਂ ਉਸ ਇਸ਼ੂ 'ਚ ਕਿਤੇ ਨਾ ਫਿੱਟ ਹੋਏ। ਇਸ ਕਰਕੇ ਚੋਣ ਵੋਟ ਉਸ ਇਸ਼ੂ 'ਤੇ ਪਈ ਹੈ, ਨਾ ਕਿ ਇਹ ਜਿਹੜੇ ਸਾਡੇ ਇਸ਼ੂ ਸੀ ਉਹ ਉੱਥੇ ਹੀ ਰਹਿ ਗਏ ਨੇ ਔਰ ਉਹਨਾਂ 'ਤੇ ਅਸੀਂ ਲੜਦੇ ਜਾ ਰਹੇ ਹਾਂ। ਸੋ ਬੀਬਾ ਮੈਂ ਇੱਕ ਗੱਲ ਕਹਿਣੀ ਚਾਹਾਂਗਾ, ਜਿੱਥੇ ਵੀ ਕਿਤੇ ਸਿੱਖ ਕੌਮ ਬੈਠੀ ਹੈ ਔਰ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹਾਂ ਕਿ ਇਹ ਸਾਡੀ ਧਰਤੀ ਹੈ, ਇੱਥੇ ਸਾਡਾ ਧਰਮ ਪੈਦਾ ਹੋਇਆ, ਸਾਡੇ ਗੁਰੂ ਇੱਥੇ ਪੈਦਾ ਹੋਏ, ਸਾਡੇ ਪੰਜ ਪਿਆਰੇ ਇੱਥੇ ਪੈਦਾ ਹੋਏ,
ਸਾਡੇ ਗੁਰੂ ਨੇ ਇਸ ਦੇਸ਼ ਦਬੇ ਕੁਚਲੇ ਲੋਕਾਂ ਵਾਸਤੇ ਲੜਾਈ ਲੜੀ ਔਰ ਸਭ ਜੀਵਾਲ ਦਾ ਸਥਾਨ ਦਿੱਤਾ। ਪਰਮਾਤਮਾ ਹਰ ਇੱਕ 'ਚ ਇੱਕ ਇੱਕ ਵਾਹਿਗੁਰੂ ਦਾ ਸੰਦੇਸ਼ ਦਿੱਤਾ ਗੁਰੂ ਨਾਨਕ ਦੇਵ ਜੀ ਨੇ। ਇਸ ਕਰਕੇ ਅਸੀਂ ਉਸ ਸੰਦੇਸ਼ ਨੂੰ ਮੰਨਣ ਵਾਲੀ ਪਾਰਟੀਆਂ, ਇਹ ਸਾਡਾ ਧਰਤੀ ਹੈ, ਇਹ ਸਾਡਾ ਧਰਮ ਹੈ, ਸਾਡਾ ਦੇਸ਼ ਹੈ, ਇੱਥੇ ਬਹਿ ਕੇ ਅਸੀਂ ਲੜਨਾ। ਇਸ ਦੇਸ਼ ਦੀ ਆਜ਼ਾਦੀ ਵਾਸਤੇ ਬੜੀਆਂ ਕੁਰਬਾਨੀਆਂ ਕੀਤੀਆਂ। ਅੱਜ ਸਾਨੂੰ ਦੁੱਖ ਹੈ ਕਿ ਸਾਨੂੰ ਇੱਕ ਮਨੋਰਟੀ ਹੋਣ ਕਰਕੇ ਸਾਡੇ ਸਾਰੇ ਇਸ਼ੂ ਉੱਥੇ ਦੇ ਉੱਥੇ ਪਏ ਨੇ। ਅਸੀਂ ਕੋਈ ਗੱਲ ਕਰਦੇ ਹਾਂ ਖਾਲਿਸਤਾਨ ਨਾਲ ਜੋੜ ਦਿੰਦੇ ਨੇ। ਜੇ ਅਸੀਂ ਫੈਡਰਲ ਸਿਸਟਮ ਮੰਗਿਆ, ਇਹ ਖਾਲਿਸਤਾਨ ਨੇ ਗੱਲ ਹੈ ਜੀ। ਕੀ ਮੋਰ ਪਾਵਰ ਖਾਲਿਸਤਾਨ ਹੈ? ਅੱਜ ਸਾਰੀਆਂ ਪਾਰਟੀਆਂ ਨਹੀਂ ਮੰਗਣ ਲੱਗ ਗਈਆਂ? ਬਿਲਕੁਲ। ਕੀ ਕਿਸਾਨਾਂ ਦੀ ਕੀਮਤ MSP ਨਾਲ ਜੋੜਨਾ ਖਾਲਿਸਤਾਨ ਹੈ? ਕੀ ਦਰਿਆਵਾਂ ਦਾ ਪਾਣੀ ਜੋ ਨੇਚਰ ਦੁਨੀਆ ਦਾ ਕਾਨੂੰਨ ਹੈ, ਨੇਚਰ ਲਾਅ ਹੈ, ਕੀ ਉਹ ਖਾਲਿਸਤਾਨ ਹੈ? ਕੀ ਜੇ ਅਸੀਂ ਕਹਿੰਦੇ ਸਾਡੀ ਇੰਡਸਟਰੀ ਨੂੰ ਤੁਸੀਂ ਕਿਉਂ ਉਜਾੜਤਾ? ਕਿੰਨੀ 1960 ਤੋਂ ਪਹਿਲਾਂ, 66 ਤੋਂ ਪਹਿਲਾਂ ਕਿੰਨੀ ਵੱਡੀ ਇੰਡਸਟਰੀ ਇੱਥੇ ਹੁੰਦੀ ਸੀ ਦੁਨੀਆ ਦੀ, ਪੰਜਾਬ 'ਚ ਸਾਰੀ ਇੰਡਸਟਰੀ ਉਜੜ ਗਈ ਹੈ, ਡੇ ਬਾਈ ਡੇ ਰਹਿੰਦੀ ਵੀ ਉਜੜ ਰਹੀ ਹੈ। ਤਿੰਨ ਸਟੇਟਾਂ ਨਾਲ ਉਤਰਾਂਚਲ, ਹਿਮਾਚਲ ਅਤੇ ਜੰਮੂ ਕਸ਼ਮੀਰ 12% ਰਿਆਇਤ ਦੇਤੀ ਹੈ, ਸਾਡੀ ਸਾਰੀ ਬਾਰਡਰ ਲੱਗਦੀ ਹੈ। ਇੱਧਰ ਅਸੀਂ ਬਾਰਡਰ ਪਾਕਿਸਤਾਨ ਨਾਲ ਵਪਾਰ ਬੰਦ ਹੈ, ਖਤਮ ਕੀਤੀ ਪਈ ਹੈ। ਜੇ ਅਸੀਂ ਕਹਿੰਦੇ ਸਾਡਾ ਵਪਾਰ ਖੋਲ੍ਹ ਦਿਓ ਤਾਂ ਨਹੀਂ ਮੰਨਦੇ, ਜੇ ਕਹਿੰਦੇ ਸਾਨੂੰ ਬਰਾਬਰ ਕਰ ਦਿਓ ਤਾਂ ਨਹੀਂ ਮੰਨਦੇ। ਜੇ ਅਸੀਂ ਫੌਜ ਦੀ ਭਰਤੀ ਕਹਿੰਦੇ ਹਾਂ ਕਿ ਮੈਰਿਟ 'ਤੇ ਕਰੋ, ਇਹ ਕਹਿੰਦੇ ਨਹੀਂ ਜੀ ਆਬਾਦੀ 'ਤੇ ਕਰਾਂਗੇ। ਕਿਹੜੀ ਗੱਲ ਹੈ ਸਾਡੀ ਜਿਹੜੀ ਖਾਲਿਸਤਾਨ ਨਾਲ ਜੁੜਦੀ ਹੈ? ਅਸੀਂ ਸਾਡੀ ਗੱਲ ਸੂਬੇ ਵਾਸਤੇ, ਪੰਜਾਬੀਆਂ ਵਾਸਤੇ, ਸਿੱਖ ਧਰਮ ਵਾਸਤੇ। ਮੈਂ ਪੁੱਛਦਾ ਜੇ ਅਸੀਂ ਸਿੱਖ ਧਰਮ ਦੀ ਗੱਲ ਕਰਦੇ ਹਾਂ, ਅਸੀਂ ਕਿਹੜਾ ਅਸੀਂ ਅਲੱਗ ਗੱਲ ਕਰਦੇ ਹਾਂ? ਕੀ ਮੁਸਲਮਾਨ ਧਰਮ 'ਚ ਦਖਲ ਦੇ ਸਕਦੇ ਹੈ? ਤਾਂ ਹੀ ਪੰਗਾ ਲਿਆ ਨਾ ਅੱਜ ਥੱਲੇ ਆਏ। ਕੀ ਇਹ ਹਿੰਦੂ ਧਰਮ 'ਚ ਕੋਈ ਹੋਰ ਦਖਲ ਦੇ ਸਕਦਾ? ਅਸੀਂ ਜਾ ਕੇ ਬਹਿ ਸਕਦੇ ਉੱਥੇ ਅਯੁੱਧਿਆ 'ਚ ਜਾ ਕੇ? ਸਿੱਖ ਹੋ ਕੇ ਅਸੀਂ ਉੱਥੇ ਬੈਠ ਸਕਦੇ ਹਾਂ ਪੁਜਾਰੀ ਬਣ ਕੇ? ਇਹਨਾਂ ਨੇ ਕੀ ਲੈਣਾ ਇਸ ਸਾਡੇ ਇਸ ਧਰਮ ਤੋਂ? ਜਿਹੜਾ ਅੰਗਰੇਜ਼ ਨੂੰ ਹਰਾ ਕੇ ਅਸੀਂ ਬਣਾਇਆ 1925 ਦਾ ਐਕਟ ਤੋੜ ਕੇ, ਇਹਨਾਂ ਨੇ ਹਜ਼ੂਰ ਸਾਹਿਬ ਅੱਡ ਕਰਤਾ, ਪਟਨਾ ਸਾਹਿਬ ਅੱਡ ਕਰਤਾ, ਦਿੱਲੀ ਅੱਡ ਕਰਤੀ, ਹਮਰਾਣਾ ਅੱਡ ਕਰਤਾ, ਇੱਥੇ ਫਿਰ ਸਾਡੇ 'ਤੇ ਅਟੈਕ ਕਰੀ ਜਾਂਦੇ, ਸਾਡੇ 'ਤੇ ਆ ਕੇ ਦਖਲ ਦੇਈ ਜਾਂਦੇ, ਇਹਨਾਂ ਨੂੰ ਕੀ ਲੋੜ ਹੈ? ਇਸ ਕਰਕੇ ਮੈਂ ਸਮਝਦਾ ਕਿ ਸਾਨੂੰ ਆਸ ਸੀ ਕਿ ਕਾਂਗਰਸ ਨੇ ਸਾਡੇ ਨਾਲ ਧੱਕੇ ਕੀਤੇ ਨੇ, ਸ਼ਾਇਦ ਇਹ ਜਿਹੜੇ ਸੀ ਕਿਸੇ ਵੇਲੇ ਜ਼ੀਰੋ ਸੀ, ਉਸ ਵੇਲੇ ਸਾਡੇ ਨਾਲ ਲੱਗੇ ਸੀ, ਦੁਸ਼ਮਣ ਦਾ ਦੁਸ਼ਮਣ ਮਿੱਤਰ। ਸਾਡੇ 'ਤੇ ਬੜੇ ਬੜੇ ਅਟੈਕ ਸੀ, ਇਹ ਉਸ ਵੇਲੇ ਬੜੇ ਥੱਲੇ ਸੀ, ਅਸੀਂ ਸਮਝਦੇ ਸੀ ਕਿ ਹਿੰਦੁਸਤਾਨ ਦੀ ਇੱਕ ਅਸੇ ਨਾਲ ਲੈ ਲਈਏ ਇੱਕ ਕਮਿਊਨਿਟੀ ਨੂੰ, ਤਾਂ ਅਸੀਂ ਉਸ ਵੇਲੇ ਇਹਨਾਂ ਨਾਲ ਸਮਝੌਤੇ ਹੋਏ, ਉਸ ਸਮਝੌਤਿਆਂ ਦੀ ਅਸੀਂ ਪਾਲਣਾ ਕੀਤੀ। ਲੇਕਿਨ ਅਫਸੋਸ ਹੈ ਕਿ ਇਹਨਾਂ ਨੇ ਉਸ ਗੱਲ ਦੀ ਸਾਡੀ ਕਦਰ ਨਹੀਂ ਪਾਈ, ਅਤੇ ਅੱਜ ਜਿਹੜਾ ਸਾਨੂੰ ਸਮਝੌਤਾ ਤੋੜਨਾ ਵੀ ਪਿਆ। ਮੈਂ ਅੱਜ ਜ਼ੋਰ ਨਾਲ ਕਹਿਣਾ ਚਾਹੁੰਦਾ ਕਿ ਅਸੀਂ ਮਾਰ ਖਾ ਗਏ ਕਿ ਲੋਕਾਂ ਨੂੰ ਭੁਲੇਖਾ ਰਹਿ ਗਿਆ ਕਿ ਜਿੱਤਣ ਤੋਂ ਬਾਅਦ ਤਾਂ BJP ਸਪੋਰਟ ਨਾ ਕਰ ਜਾਣ ਵਿਧਾਨ ਤੋੜਨ ਵਾਲਿਆਂ ਦੀ। ਮੈਂ ਅੱਜ ਕਹਿਣਾ ਬਤੌਰ ਜਨਰਲ ਸੈਕਟਰੀ ਪਾਰਟੀ ਦੇ, ਸੈਕਟਰੀ ਜਨਰਲ ਪਾਰਟੀ ਦੇ, ਕਿ ਬਿਲਕੁਲ ਸਾਡਾ ਸਮਝੌਤਾ ਇਸ਼ੂ ਤੋਂ ਬਗੈਰ ਹੋ ਹੀ ਨਹੀਂ ਸਕਦਾ, ਹੋ ਹੀ ਨਹੀਂ ਸਕਦਾ। ਇਹ ਮੈਂ ਬਤੌਰ ਬਲਵਿੰਦਰ ਇੰਡੀਵਿਜੁਅਲ ਮੈਂ ਕਹਿਣਾ ਚਾਹੁੰਦਾ, ਬਤੌਰ ਪਾਰਟੀ ਦੇ ਸੀਨੀਅਰ ਜਨਰਲ ਸੈਕਟਰੀ ਦੇ ਤੌਰ 'ਤੇ ਕਹਿਣਾ, ਸਾਡਾ ਕੋਈ ਸਮਝੌਤਾ ਨਹੀਂ, ਸਾਡੇ ਟੁੱਟਿਆ ਵੀ ਇਹਨਾਂ ਪੁਆਇੰਟਾਂ 'ਤੇ ਸਮਝੌਤਾ ਕਿ ਤੁਸੀਂ ਸਾਡੇ ਮਸਲੇ ਹੱਲ ਨਹੀਂ ਕਰ ਰਹੇ, ਸਾਡੀ ਤੁਹਾਡੇ ਨਾਲ ਕਾਹਦੀ ਸਾਂਝ ਆ, ਅਸੀਂ ਤੁਹਾਨੂੰ ਵੇਟ ਕੀਤਾ, ਇੰਤਜ਼ਾਰ ਕੀਤਾ ਕਿ ਕਾਂਗਰਸ ਤਾਂ ਕਰਦੇ ਸ਼ਰੇ ਕਰਦੇ ਨੇ, ਤੁਸੀਂ ਸਾਨੂੰ ਕਿਸੇ ਕਿ ਸਾਡੀ ਗੱਲ ਹੀ ਨਹੀਂ ਕਿਤੇ ਵੀ ਸੁਣੀ। ਇਸ ਕਰਕੇ ਸਾਡਾ ਤੁਹਾਡੇ ਨਾਲ ਸਮਝੌਤਾ ਕਾਹਦਾ? ਸਾਡੀ ਕਿਸੇ ਨਾਲ ਕੋਈ ਦੁਸ਼ਮਣੀ, ਨਾ ਕਾਂਗਰਸ ਨਾਲ, ਨਾ ਸਾਡੀ BJP ਨਾਲ। ਸਾਡੀ ਸਾਡਾ ਹੈ ਸਾਡੇ ਮਸਲੇ, ਸਾਡੇ ਮਸਲੇ ਹੱਲ ਹੋ ਜਾਣਗੇ, ਸਾਡੀ ਕੋਈ ਕਿਸੇ ਨਾਲ ਲੜਾਈ ਨਹੀਂ। ਲੇਕਿਨ ਅੱਜ ਹਿੰਦੁਸਤਾਨ 'ਚ ਜਿਹੜੇ ਜਿਸ ਥਾਂ 'ਤੇ ਅਸੀਂ ਖੜ੍ਹੇ, ਅੱਜ ਹਿੰਦੁਸਤਾਨ ਦੀਆਂ ਰੀਜਨਲ ਪਾਰਟੀਆਂ ਘੱਟੋ ਘੱਟ 10-12 ਉੱਥੇ ਅੱਗੇ ਖੜ੍ਹ ਗਈਆਂ ਜੀ। ਇਸ ਕਰਕੇ ਇਹਨਾਂ ਨੂੰ ਸਾਡੀਆਂ ਗੱਲਾਂ ਮੰਨਣੀਆਂ ਪੈਣਗੀਆਂ। ਔਰ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਕੋਈ ਕਿਸੇ ਗੱਲ ਦੀ ਘਬਰਾਉਣ ਦੀ ਲੋੜ ਨਹੀਂ। ਅਕਾਲੀ ਦਲ ਤਕੜਾ ਹੋ ਕੇ ਪੰਜਾਬ 'ਚ ਆਏਗਾ, ਆਪਣੀਆਂ ਗੱਲਾਂ ਮਨਵਾਏਗਾ। ਮੈਂ ਸਾਰੇ ਸਿੱਖ ਜਗਤ ਨੂੰ ਬੇਨਤੀ ਕਰਦਾ ਔਰ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਪੰਜਾਬ ਨੂੰ ਬਚਾਉਣ ਵਾਸਤੇ, ਸਿੱਖ ਧਰਮ ਨੂੰ ਬਚਾਉਣ ਵਾਸਤੇ ਆਓ, ਆਪਾਂ ਰਲ ਕੇ ਇਕੱਠੇ ਹੋ ਕੇ ਦਿੱਲੀ ਨੂੰ ਝੁਕਾਈਏ, ਅਤੇ ਆਪਣੀ ਜੋ ਪੰਜਾਬ ਦੀ ਤਰੱਕੀ ਵਾਸਤੇ, ਸਿੱਖ ਧਰਮ ਦੇ ਰੱਖਿਆ ਵਾਸਤੇ, ਜਾਂ ਜੋ ਆਪਣਾ ਸਰਬ ਸਾਂਝਾ ਪ੍ਰੋਗਰਾਮ ਹੈ ਉਹਦੇ ਵਾਸਤੇ ਆਓ, ਆਪਾਂ ਪੰਜਾਬੀ ਇਕੱਠੇ ਹੋਈਏ। ਜੋ ਇਹ ਰੋਜ਼ ਸਾਜ਼ਿਸ਼ਾਂ ਕਰਕੇ ਪੰਜਾਬ ਨੂੰ ਉਜਾੜਨ ਦੀ ਕੋਸ਼ਿਸ਼ ਕਰਦੇ ਨੇ, ਕਤਲੋਗਾਰਤ ਕਰ ਰਹੇ, ਨਵੇਂ ਨਵੇਂ ਸਾਜ਼ਿਸ਼ਾਂ ਕਰਦੇ, ਉਹਨਾਂ ਨੂੰ ਫੇਰ ਕਰੀਏ ਕਿ ਦਿੱਲੀ ਦੇ ਥੱਲੇ ਲੱਗਣਾ ਕਿ ਤੁਸੀਂ ਆਪਣੀ ਆਜ਼ਾਦ ਪੋਲਿਸੀ ਨਾਲ ਚੱਲਣਾ। ਇਸ ਕਰਕੇ ਅਸੀਂ ਉਸ ਪੋਲਿਸੀ 'ਤੇ ਖੜ੍ਹੇ ਹਾਂ, ਪ੍ਰਧਾਨ ਉਸ ਪੋਲਿਸੀ 'ਤੇ ਖੜ੍ਹਾ ਹੈ। ਮੈਂ 100% ਕਹਿ ਸਕਦਾ ਕਿ ਪ੍ਰਧਾਨ ਤਕੜਾ ਹੋ ਕੇ ਲੜ ਰਿਹਾ ਇਸ 'ਤੇ,
ਔਰ ਲੜਦਾ ਰਹੇਗਾ ਅਖਰ ਤੱਕ। ਜੀ ਪੁੰਦਰ ਸਾਹਿਬ, ਤੁਸੀਂ ਜ਼ਿਕਰ ਕੀਤਾ ਕਿ ਪੰਜਾਬ ਦੇ ਕਈ ਮਸਲੇ ਨੇ, ਸਿੱਖ ਕੌਮ ਦੇ ਕਈ ਮਸਲੇ ਨੇ, ਵਾਜਪਾਈ ਸਰਕਾਰ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਭਾਈਵਾਲ ਰਿਹਾ, ਉਸ ਤੋਂ ਬਾਅਦ ਮੋਦੀ ਸਰਕਾਰ ਦੇ ਜਿਹੜੇ ਦੋ ਟੈਨਿਓਰ ਸੀਗੇ, ਚਲੋ ਵਿਚਕਾਰ ਜਦੋਂ ਖੇਤੀ ਕਾਨੂੰਨ ਆਏ ਅਤੇ ਜਦੋਂ ਅੰਦੋਲਨ ਹੋਇਆ, ਉਸ ਤੋਂ ਬਾਅਦ ਤੋੜ ਵਿਛੋੜਾ ਹੋ ਗਿਆ, ਇਹਨਾਂ ਸਾਰੇ ਦੇ ਦੌਰਾਨ ਜਦੋਂ ਸ਼੍ਰੋਮਣੀ ਅਕਾਲੀ ਦਲ ਭਾਈਵਾਲ ਰਿਹਾ, ਇਹਨਾਂ ਮੁੱਦਿਆਂ 'ਤੇ ਚਰਚਾ ਹੋਈ ਅਤੇ ਅੱਗੋਂ ਸਰਕਾਰਾਂ ਦਾ ਕੀ ਰਿਸਪੋਂਸ ਸੀ? ਬੇਤਹਾਸ਼ਾ ਚਰਚਾ ਹੋਈ। ਵਾਜਪਾਈ ਦਾ ਸੁਭਾਅ ਬਿਲਕੁਲ ਡਿਫਰੈਂਟ ਸੀ। ਵਾਜਪਾਈ ਨੇ ਬਹੁਤ ਗੱਲਾਂ ਮੰਨੀਆਂ, ਉਹਨਾਂ ਮੰਨਣ 'ਚ ਕਾਲੀ ਸੂਚੀ 'ਚੋਂ ਬੰਦੇ ਘਟਾਏ, ਇਹ ਜਿਹੜੀਆਂ ਜਿਹੜੇ ਇਹ ਸਾਰੇ ਜਿਹੜੇ ਸਾਡੇ ਸੀ, ਇਹ ਜਿਹੜੀਆਂ ਫਾਂਸੀਆਂ ਸੀ ਉਹਨਾਂ ਵੇਲੇ ਇਹ ਹਟੀਆਂ, ਪੈਰੋਲਾਂ ਇਹਨਾਂ ਨੂੰ ਮਿਲਣ ਲੱਗੀਆਂ, ਔਰ ਹੋਰ ਸਾਡੇ ਧਰਮ ਦੇ ਮਸਲਿਆਂ 'ਚ ਵੀ ਕਾਫੀ ਉਹਨਾਂ ਨੇ ਸਾਨੂੰ ਹਰ ਗੱਲ 'ਤੇ ਸਾਡੀ ਗੱਲ ਮੰਨ ਲੈਂਦੇ ਸੀ। ਲੇਕਿਨ 100% ਨਹੀਂ ਹੋਏ, ਕਿਉਂਕਿ ਮਸਲੇ ਐਸੇ ਰੁਝਾ ਗਏ ਕਾਂਗਰਸ ਅੱਗੇ ਜਿਹੜੇ ਸੂਬਿਆਂ ਨਾਲ ਲਿੰਕ ਕਰਦੇ ਨੇ। ਇੱਕ ਪਾਸੇ ਰਾਜਸਥਾਨ, ਹਰਿਆਣਾ, ਹਿਮਾਚਲ, ਦਿੱਲੀ ਇਕੱਠੇ ਹੋ ਜਾਂਦੇ ਨੇ, ਚਾਰ ਸੂਬੇ, ਇੱਕ ਪਾਸੇ ਅਸੀਂ ਇਕੱਲੇ ਰਹੇ ਨੇ। ਉਹੀ ਗੱਲ ਮਨੋਰਟੀ ਦੀ ਆ ਗਈ, ਉਹੀ ਗੱਲ ਵੋਟ ਦੀ ਆ ਗਈ ਕਿ ਅਸੀਂ ਵੋਟ ਨਾਲ ਨਹੀਂ ਜਿੱਤ ਸਕਦੇ, ਅਸੀਂ ਤਾਂ ਆਪਦੀ ਏਕਤਾ ਨਾਲ ਅਤੇ ਬਹਾਦਰੀ ਨਾਲ ਹੀ ਆਪਦੀ ਗੱਲ ਜਾਇਜ਼ ਤਰੀਕੇ ਨਾਲ, ਸਾਡੀ ਗੱਲ ਨੂੰ ਡਿਨਾਈ ਨਹੀਂ ਕਰ ਸਕਦੇ। ਮੈਂ ਚੈਲੰਜ ਕਰਦਾ ਕਿ ਕਰੋ ਡਿਨਾਈ ਕਿ ਜੇ ਅਸੀਂ ਫੈਡਰਲ ਸਿਸਟਮ ਆਉਂਦਾ ਕਿ ਇਹ ਕੰਟਰੀ ਫੈਡਰਲ ਹੈ ਨਹੀਂ, ਇਹ ਜੂਨਟਰੀ ਟਾਈਪ ਗਵਰਨਮੈਂਟ ਹੈ, ਇੱਥੇ ਫੈਡਰਲ ਗਵਰਨਮੈਂਟ ਹੈ। ਜੇ ਅਸੀਂ ਧਰਮ ਦੀ ਗੱਲ ਕਰਦੇ ਹਾਂ ਕਿ ਇਹਨਾਂ ਧਰਮ 'ਚ ਦਖਲ ਦੇ ਕਿਉਂ ਦਿੰਦੇ ਨੇ, ਕੀ ਕਿਸੇ ਦੂਜੇ ਧਰਮ 'ਚ ਦੇਖਣ, ਦੇਣ ਦਖਲ, ਮੁਸਲਮਾਨ ਧਰਮ 'ਚ ਦਖਲ ਦੇ ਕੇ ਦੇਖਣ, ਲੈਣ ਪੰਗਾ ਕਿਸੇ ਸਾਈਆਂ ਦੇਖਣ, ਲੈਣ ਪੰਗਾ। ਇਸ ਕਰਕੇ ਜੋ ਵੀ ਅਸੀਂ ਕਹਿੰਦੇ ਹਾਂ, ਜੇ ਅਸੀਂ MSP ਦੀ ਗੱਲ ਕਰਦੇ, ਅਸੀਂ ਕਿਹੜੀ ਮਾੜੀ ਗੱਲ ਕਰਤੀ? ਇਹ ਸਾਰੇ ਦੇਸ਼ ਦਾ ਅਸੀਂ ਢਿੱਡ ਭਰਿਆ, ਆਪਣਾ ਅਸੀਂ ਵਾਤਾਵਰਨ ਖਤਮ ਕਰ ਲਿਆ, ਪਾਣੀ ਖਤਮ ਕਰ ਲਿਆ, ਧਰਤੀ ਖਤਮ ਕਰ ਲਈ, ਆਪਣੀ ਸਿਹਤ ਖਤਮ ਕਰ ਲਈ, ਇੱਥੇ ਇਨਵਾਇਰਮੈਂਟ ਐਸਾ ਪਲੂਟ ਹੋ ਗਿਆ ਕਿ ਅਸੀਂ ਸਾਰੇ ਲੋਕ ਉਸ 'ਤੇ ਖਤਰਨਾਕ ਸਿਚੁਏਸ਼ਨ ਆ। ਇਹਨਾਂ ਨੇ ਸਾਡੀ ਕੀ ਕਦਰ ਪਾਈ? ਅੱਜ ਕੱਲ੍ਹ ਸਾਨੂੰ ਲੋੜ ਹੀ ਕੋਈ ਨਹੀਂ। ਜਦੋਂ ਭੁੱਖੇ ਮਰਦੇ ਸੀ ਉਦੋਂ ਬੱਲੇ ਪੰਜਾਬੀ ਹੋ, ਹੁਣ ਜਦੋਂ ਗਮਲਿਆਂ 'ਚ ਕਣਕ ਕਾਉਂਦੇ ਸੀ, ਇੱਕ ਦਿਨ ਸੋਮਵਾਰ ਦਾ ਵਰਤ ਰੱਖੋ, ਅੱਜ ਬਾਹਰ ਜਾਣ ਲੱਗ ਗਏ, ਅੱਜ ਭੁੱਲ ਗਏ ਪੰਜਾਬੀਆਂ ਨੂੰ। ਇਸ ਕਰਕੇ ਸਾਡੇ ਗਿਲੇ ਨੇ ਇਹਨਾਂ ਨਾਲ, ਇਹ ਦੇਸ਼ ਸਾਡਾ, ਸਾਡੇ ਗਿਲੇ ਨੇ ਸਾਡਾ ਕੋਈ। ਅਸੀਂ ਮੈਂ 100% ਕਹਿੰਦਾ ਕਿ ਅਸੀਂ, ਹੋ ਸਕਦਾ ਕਿ ਬਲਵਿੰਦਰ ਨਾ ਉਡਾ ਤਕੜਾ ਹੋਵੇ, ਕਦੇ ਕੌਮਾਂ ਸਾਰੀਆਂ ਕਮਜ਼ੋਰ ਹੋਈਆਂ ਨੇ, ਭਗਤ ਸਿੰਘ ਸਾਰਾ ਹਿੰਦੁਸਤਾਨ ਸੀ, ਕੀ ਇਹ ਜਿਹੜਾ ਹੈਗਾ ਸਰਾਭਾ ਸਾਰਾ ਹਿੰਦੁਸਤਾਨ ਸੀ, ਕੀ ਸੁਭਾਸ਼ ਚੰਦਰ ਬੋਸ ਸਾਰਾ ਹਿੰਦੁਸਤਾਨ ਸੀ? ਚੰਦ ਬੰਦੇ ਹੁੰਦੇ ਜਿਹੜੇ ਦੇਸ਼ ਦੇ ਪਿੱਛੇ ਲੜਦੇ ਨੇ। ਇਸ ਕਰਕੇ ਅਕਾਲੀ ਦਲ ਆਪਣੇ ਜੋ ਸਾਡਾ ਮੈਨੀਫੈਸਟੋ ਹੈ, ਜੋ ਸਾਡਾ ਏਜੰਡਾ, ਉਹ 'ਤੇ ਤਕੜਾ ਹੋ ਕੇ ਪਹਿਰਾ ਦੇਵੇਗਾ, ਅਤੇ ਲੋਕਾਂ ਨੂੰ ਅਪੀਲ ਕਰਦਾ ਕਿ ਜੇ ਪੰਜਾਬ ਬਚਾਉਣਾ, ਸਿੱਖੀ ਬਚਾਉਣੀ ਹੈ, ਧਰਮ ਬਚਾਉਣਾ, ਅਤੇ ਇਸ ਸੂਬੇ ਦੀ ਤਰੱਕੀ ਲੋੜ ਦਿਓ, ਅਤੇ ਆਪਣਾ ਭਾਈਚਾਰਾ ਜੋ ਗੁਰੂ ਨਾਨਕ ਦਾ ਸੰਦੇਸ਼ ਹੈ ਉਹ 'ਤੇ ਚੱਲਣਾ ਚਾਹੁੰਦੇ ਹੋ, ਤਾਂ ਆਓ ਸਾਥ ਦਿਓ, ਸਾਰੇ ਅਕਾਲੀ ਇਕੱਠੇ ਹੋਈਏ ਅਤੇ ਇਕੱਠੇ ਹੋ ਕੇ ਲੜੀਏ ਦਿੱਲੀ ਦੇ ਨਾਲ। ਜੀ ਉਦਰ ਸਾਹਿਬ, ਭਾਜਪਾ ਇਹ ਗੱਲ ਕਹਿੰਦੀ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਮਝੌਤਾ ਨਹੀਂ ਕੀਤਾ ਜਾਂ ਅਸੀਂ ਗੱਠਜੋੜ ਨਹੀਂ ਕੀਤਾ ਅਤੇ ਅਸੀਂ ਫਾਇਦੇ ਦੇ ਵਿੱਚ ਰਹੇ ਹਾਂ, ਕਿ ਸ਼੍ਰੋਮਣੀ ਅਕਾਲੀ ਦਲ ਇਹ ਮੰਨਦਾ ਕਿ ਅਸੀਂ ਗੱਠਜੋੜ ਸਾਡਾ ਨਹੀਂ ਹੋਇਆ ਅਤੇ ਉਸ ਕਰਕੇ ਸਾਡਾ ਨੁਕਸਾਨ ਹੋਇਆ? ਨੋ 200% ਫਾਇਦੇ 'ਚ ਅਸੀਂ 200% ਫਾਇਦੇ 'ਚ ਸਾਡਾ ਸਮਝੌਤਾ ਨਹੀਂ ਹੋਇਆ। ਅਸੀਂ, ਮੈਂ ਪੁੱਛਣਾ ਚਾਹੁੰਦਾ ਜਿਹੜੇ ਲੋਕ ਕਹਿੰਦੇ ਨੇ ਕਿ ਜੀ ਇੱਧਰ ਨਹੀਂ ਇੱਧਰ ਨਹੀਂ, ਜੇ ਅਸੀਂ ਸਮਝੌਤਾ ਇਸ਼ੂ ਤੋਂ ਬਗੈਰ ਕਰ ਲੈਂਦੇ, ਇਹ ਨਾਲ ਸੁਲਾਹ ਕਰ ਲੈਂਦੇ, 6 ਮਹੀਨੇ ਤੋੜ ਕੇ ਸਾਨੂੰ ਦੁਸ਼ਾਂਤੋ ਰਾਮ ਵਾਂਗੂ ਆ, 20 ਵਾਰੀ ਆ ਜਿਹੜੇ ਚੰਦਰਬਾਬੂ ਨਾਇਡੂ ਨੇ ਕਿੰਨੀ ਬੇਇੱਜ਼ਤੀ ਕੀਤੀ ਹੈ, ਨਜੀਸ਼ ਦੀ ਕਿੰਨੀ ਬੇਇੱਜ਼ਤੀ ਕੀਤੀ ਹੈ, ਵਾਰ ਕਿੰਨਿਆਂ ਦੀ ਬੇਇੱਜ਼ਤੀ ਕੀਤੀ ਹੈ, ਸਾਡੀ ਉਵੇਂ ਬੇਇੱਜ਼ਤੀ ਕਰਕੇ ਸੁੱਟਣ ਦੇ ਲੋਕ ਸਾਨੂੰ ਪੁੱਛਦੇ ਕਿ ਇਸ਼ੂਆਂ ਤੋਂ ਬਗੈਰ ਤੁਸੀਂ ਰਾਜ ਲੈਣ ਵਾਸਤੇ ਤੁਸੀਂ, ਫਿਰ ਤਾਂ ਸਾਨੂੰ ਇਸ਼ੂ ਗੱਲ ਕਰਦੇ, ਉੱਥੇ ਰਾਜ ਲੈਣ ਵਾਸਤੇ ਤੁਸੀਂ ਜਾ ਸ਼ਾਮਲ ਹੋ ਗਏ, ਹੁਣ ਤੁਹਾਨੂੰ ਰਾਜ 'ਚੋਂ ਕੱਢਤਾ, ਹੁਣ ਸਾਡੇ ਕੋਲ ਇਸ਼ੂਆਂ 'ਤੇ ਆ ਗਏ। ਇਸ ਕਰਕੇ ਅਸੀਂ 100% ਠੀਕ ਹਾਂ, ਅੱਜ ਵੀ ਠੀਕ ਹਾਂ, ਕੱਲ੍ਹ ਵੀ ਠੀਕ ਹਾਂ। ਸਾਡਾ ਸਮਝੌਤਾ ਇਸ਼ੂ ਤੋਂ ਬਗੈਰ ਕਿਸੇ ਨਾਲ ਕੋਈ ਸਮਝੌਤਾ ਨਹੀਂ, ਸਾਡੀਆਂ ਗੱਲਾਂ ਨੇ ਜੋ ਅਸੀਂ ਕਹਿੰਦੇ ਹਾਂ। ਅਸੀਂ ਕਿਹੜੀ ਗੱਲ ਕਰਦੇ ਹਾਂ? ਧਰਮ ਦੀ ਗੱਲ ਗਲਤ ਹੈ, ਬੰਦੀ ਸਿੱਖਾਂ ਦੀ ਰਿਹਾਈ ਗਲਤ ਹੈ। ਅਸੀਂ ਕਾਨੂੰਨ ਨਾਲ, ਵਿਧਾਨ ਨਾਲ ਕਹਿੰਦੇ ਹਾਂ ਬੰਦੀ ਸਿੱਖਾਂ ਦੀ ਰਿਹਾਈ, ਕਿ ਜਦੋਂ ਕਾਨੂੰਨ ਕਹਿੰਦਾ ਕਿ ਜਿਸਨੇ ਜਿੰਨੀ ਸਜ਼ਾ ਦਿੱਤੀ ਉਸ ਤੋਂ ਡੂਢੀ ਕੱਟੀ ਬੈਠੇ ਨੇ, ਹੋਰ ਦੇਸ਼ 'ਚ ਲੋਕਾਂ ਨੂੰ ਛੱਡੀ ਜਾਂਦੇ, ਫਿਰ ਇਹਨਾਂ ਨੂੰ ਕਿਉਂ ਨਹੀਂ ਛੱਡਦੇ? ਕੋਈ ਦੁਆਰਾ ਗਨਾਹ ਕਰੋ, ਫਿਰ ਫੜ ਲਓ। ਅਸੀਂ ਕਦੋਂ ਕਹਿੰਦੇ ਕਿ ਗੁਨਾਹਗਾਰ ਨੂੰ ਫੜੋ? ਅਸੀਂ ਨਹੀਂ ਅਮਰ ਸ਼ਾਂਤੀ ਚਾਹੁੰਦੇ।
ਸਿੱਖ ਧਰਮ ਤਾਂ ਸਭ ਤੋਂ ਨਿਮਰਤਾ ਦਾ ਧਰਮ ਹੈ। ਬਿਲਕੁਲ, ਸਿੱਖ ਧਰਮ ਜਿੰਨੀ ਨਿਮਰਤਾ ਤਾਂ ਕਿਸੇ 'ਚ ਹੈ ਹੀ ਨਹੀਂ। ਗੁਰੂ ਨਾਨਕ ਦੇਵ ਜੀ ਤਾਂ ਸੋਟੀ ਲੈ ਕੇ ਅਤੇ ਗੜਬੀ ਲੈ ਕੇ ਸਾਰੇ ਹਿੰਦੁਸਤਾਨ 'ਚ ਲੋਕਾਂ ਨੂੰ ਝੁਕਾ ਕੇ ਆਪਣੇ ਅਸੂਲ ਦੇ ਨਾਲ। ਇਸ ਕਰਕੇ ਸਿੱਖ ਧਰਮ ਨਰਮ ਧਰਮ ਹੈ। ਅੰਗਰੇਜ਼ ਵੇਲੇ ਅਸੀਂ ਕੁਰਬਾਨੀਆਂ ਕੀਤੀਆਂ, ਤੁਸੀਂ ਮੋਰਚਿਆਂ ਦਾ ਇਤਿਹਾਸ ਪੜ੍ਹੋ, ਜਦੋਂ ਲੱਗਿਆ ਸੀ ਮੋਰਚਾ ਇੱਥੋਂ ਦਾ ਗੁਰੂ ਕੇ ਬਾਗ ਦਾ, ਉਡਾਂਗਾ ਮਾਰ ਰਹੇ ਸੀ, ਡਿੱਗ ਰਹੇ ਸੀ ਸਿੱਖ ਘੋੜਿਆਂ ਨਾਲ, ਉੱਤੋਂ ਦੀ ਦੌੜਾ ਰਹੇ ਸੀ, ਇੱਕ ਜਵਾਨ ਉੱਠਿਆ 6 ਫੁੱਟ, ਉਹਨੂੰ ਅੱਗੋਂ ਸਿਪਾਹੀ ਨੇ ਕਿਹਾ, ਅੰਗਰੇਜ਼ ਨੇ, ਆਪ ਤੋਂ ਕਹਿੰਦੇ ਹਮ ਬੜੇ ਬਹਾਦਰ ਹੈ, ਆਪ ਐਸੇ ਖਾ ਰਹੇ ਹਾਂ, ਆਪ ਕੈਸੇ ਚੀਕਾਂ ਮਾਰ ਰਹੇ ਹਾਂ। ਉਹ ਕਹਿੰਦੇ ਮੇਰੇ ਜਹਿਦਾਰ ਦਾ ਨਹੀਂ ਹੁਕਮ, ਮੇਰਾ ਜਹਿਦਾਰ ਕਹਿ ਦੇ ਕਿ ਮੈਂ ਹੱਥ ਚੱਕਣਾ, ਤੈਨੂੰ 2 ਪਾੜ ਦੂੰਗਾ ਕਰਕੇ ਤੇਰਾ, ਤੂੰ ਕੀ ਸਮਝਦਾ ਆਪ ਜਾ ਨੂੰ। ਕੰਬਣ ਲੱਗ ਗਿਆ ਸੀ ਗੋਰਾ। ਇਤਿਹਾਸ ਪੜ੍ਹੋ ਕਿ ਸਿੱਖਾਂ ਦੇ ਕਿਹੜੇ ਆਦੇਸ਼ ਸੀ ਕਿ ਨਹੀਂ ਅਸੀਂ ਨਿਮਰਤਾ ਨਾਲ, ਅਸੀਂ ਉਸ ਨਾਲ ਲੜਾਈ ਜਿੱਤਣੀ ਹੈ। ਇਸ ਕਰਕੇ ਇਹ ਜਿਹੜਾ ਸਾਡਾ ਹੈਗਾ ਅਕਾਲੀ ਦਲ, ਇਹ ਪੀਸਫੁੱਲ ਲੜਾਈ ਲੜਦਾ, ਡੈਮੋਕ੍ਰੈਟਿਕ ਲੜਾਈ ਲੜਦਾ, ਆਪਣੀ ਕੁਰਬਾਨੀ ਦਿੰਦਾ। ਇਸ ਕਰਕੇ ਅਸੀਂ ਕਿਸੇ ਚੀਜ਼ ਨੂੰ ਉਸ ਹਿੰਸਾ 'ਚ ਨਹੀਂ ਪੈਣਾ ਚਾਹੁੰਦੇ, ਅਸੀਂ ਹਿੰਸਾ ਦੇ ਵੀ ਖਿਲਾਫ਼ ਹਾਂ, ਨਾ ਸਾਡੇ ਗੁਰੂਆਂ ਨੇ ਹਿੰਸਾ, ਹਾਂ ਅਸੀਂ ਜ਼ੁਲਮ ਦੇ ਖਿਲਾਫ਼ ਹਾਂ। ਬਿਲਕੁਲ, ਜ਼ੁਲਮ ਨਾ ਸਹੋ ਨਾ ਜ਼ੁਲਮ ਕਰੋ, ਦੋਨੇ ਚੀਜ਼ਾਂ ਗਲਤ ਹਨ ਜੀ। ਪੁੰਦਰ ਸਾਹਿਬ, ਜਦੋਂ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ, ਤੁਸੀਂ ਵੀ ਉਸ ਮੀਟਿੰਗ ਦੇ ਵਿੱਚ ਸੀਗੇ, ਅਤੇ ਉਸ ਮੀਟਿੰਗ ਤੋਂ ਪਹਿਲਾਂ ਸੁਖਬੀਰ ਬਾਦਲ ਹੋਰਾਂ ਦੀ ਪ੍ਰਧਾਨਗੀ 'ਤੇ ਸਵਾਲ ਉੱਠੇ, ਜਦੋਂ ਚੋਣਾਂ ਦੇ ਨਤੀਜੇ ਆਏ, ਉਸ ਤੋਂ ਬਾਅਦ ਤੁਹਾਡੀ ਵੀ ਸਟੇਟਮੈਂਟ ਆਈ ਕਿ ਜਰਨੈਲ ਜੰਗ ਦੇ ਵਿੱਚ ਹਾਰ ਜਿੱਤ ਹੁੰਦੀ ਰਹਿੰਦੀ ਹੈ ਅਤੇ ਜਰਨੈਲ ਦਾ ਸਾਥ ਨਹੀਂ ਛੱਡਣਾ ਚਾਹੀਦਾ। ਮੇਰਾ ਇਹ ਸਵਾਲ ਹੈ ਕਿ ਜਦੋਂ ਚਿੱਠੀ ਲਿਖੀ ਹੈ ਚਰਨਜੀਤ ਬਰਾੜ ਹੋਰਾਂ ਨੇ, ਅਤੇ ਉਹ ਚਿੱਠੀ ਤੁਹਾਨੂੰ ਕਿੰਨੀ ਜਾਇਜ਼ ਲੱਗਦੀ ਹੈ, ਅਤੇ ਉਸ ਚਿੱਠੀ ਬਾਰੇ ਤੁਹਾਡਾ ਕੀ ਕਹਿਣਾ ਹੈ, ਕਿ ਤੁਹਾਨੂੰ ਲੱਗਦਾ ਹੈ ਕਿ ਅੱਜ ਲੀਡਰਸ਼ਿਪ ਬਦਲਣ ਦੀ ਲੋੜ ਹੈ? ਬੀਬਾ, ਲੀਡਰਸ਼ਿਪ ਅਸੀਂ ਏਜੰਸੀਆਂ ਦੇ ਜਾਂ ਦਿੱਲੀ ਦੀ ਗੇਮ ਜੋ ਅੰਗਰੇਜ਼ ਖੇਡਦਾ ਸੀ, ਜੋ ਕਾਂਗਰਸ ਖੇਡਦੀ ਸੀ, ਉਹੀ BJP ਖੇਡ ਰਹੀ ਹੈ। ਉਹਨਾਂ ਦਾ ਮਤਲਬ ਹੈ ਕਿ ਅਸੀਂ ਜੇ ਜਰਨੈਲ ਨੂੰ ਹਟਾ ਦਿਆਂਗੇ, ਏਜੰਸੀਆਂ ਸਾਰਾ ਵਰਕ ਕਰ ਰਹੀਆਂ, ਜੇ ਅਸੀਂ ਹਟਾ ਦਿਆਂਗੇ ਜਰਨੈਲ ਨੂੰ ਤਾਂ ਇਹ ਖਿੜ ਜਾਣਗੇ ਅਤੇ ਸਾਡੀ ਜੇਬ 'ਚ ਆ ਜਾਣਗੇ, ਜੋ ਅਸੀਂ ਚਾਹਾਂਗੇ ਸਾਡੀ ਮਰਜ਼ੀ ਦਾ ਅਕਾਲੀ ਦਲ ਬਣ ਜੂਗਾ। ਮੈਂ ਹਮੇਸ਼ਾ ਇਹ ਕਹਿੰਦਾ ਕਿ ਭਰਾਵੋ, ਜੋ ਕੁਛ ਹੋ ਗਿਆ ਹੋ ਗਿਆ, ਆਓ ਆਪਾਂ ਜੁੜ ਕੇ ਜੋ ਸਾਡੇ ਬਜ਼ੁਰਗਾਂ ਨੇ ਪਾਰਟੀ ਬਣਾਈ ਹੈ, ਜਿਸ ਏਜੰਡੇ 'ਤੇ ਅਸੀਂ ਚੱਲਦੇ ਹਾਂ, ਉਸ ਏਜੰਡੇ ਤੋਂ ਕਿਉਂ ਥਿੜਕਦੇ ਹੋ, ਜਾਂ ਸਾਨੂੰ ਰਸਤਾ ਦਿਖਾਓ। ਲੇਕਿਨ ਸਾਨੂੰ ਕੋਈ ਤਾਂ ਦੱਸੇ, ਜਿਹੜਾ ਉਲਟ ਕਹਿੰਦਾ ਵੀ ਰਸਤਾ ਕਿਹੜਾ, ਅਸੀਂ ਕਿਹਾ ਕਿ ਇੱਕ ਆਹ ਰਸਤਾ ਹੈ, ਕੀ ਦਿੱਲੀ ਦੇ ਥੱਲੇ ਲੱਗਣਾ, ਕੀ ਆਪਣੀਆਂ ਗੱਲਾਂ ਦੇ ਅਸੂਲ 'ਤੇ ਖੜ੍ਹਨਾ। ਜੇ ਤਾਂ ਜੋ ਬਜ਼ੁਰਗ ਸੀ ਕਿ ਅੰਗਰੇਜ਼ ਦੇ ਥੱਲੇ ਲੱਗੇ ਸੀ, ਕੁਰਬਾਨੀ ਕਰਨੀ ਪਈ 5 ਸਾਲ, ਘੱਟੋ ਘੱਟ 600-700 ਸ਼ਹੀਦੀ ਹੋਈ, ਹਜ਼ਾਰਾਂ ਬੰਦੇ ਸਾਡੇ ਫੱਟੜ ਹੋਏ, ਕਿਸੇ ਦਾ ਪੱਟ ਟੁੱਟਿਆ, ਕਿਸੇ ਦਾ ਲੱਕ ਟੁੱਟਿਆ, ਕਿਸੇ ਦਾ ਕੁਛ ਟੁੱਟਿਆ। ਮੇਰੀ ਸੋਚ ਹੈ ਕਿ ਜੇ ਸਾਡੇ ਏਜੰਡੇ 'ਤੇ ਸਾਡੇ ਜੋ ਸਾਡਾ ਏਜੰਡਾ ਜੋ ਅਸੀਂ ਆ ਮੈਨੀਫੈਸਟੋ ਰਿਲੀਜ਼ ਕੀਤਾ, ਜੋ ਨਹੀਂ ਮਸਲੀ ਰਿਲੀਜ਼ ਕੀਤਾ, ਜੋ ਉਸ ਮੈਨੀਫੈਸਟੋ 'ਚੋਂ ਅਸੀਂ ਸਾਡੀਆਂ 6-7 ਗੱਲਾਂ ਮੇਨ, ਜੇ ਸਾਡੀਆਂ 3 ਜਾਂ 4 ਵੀ ਨਹੀਂ ਮੰਨਣੀਆਂ, ਫਿਰ ਅਸੀਂ ਕਿਹਦੇ ਨਾਲ ਸਮਝੌਤਾ ਕਰਨੀ? ਅਸੀਂ ਸਾਡੇ ਕੋਲ ਰਸਤਾ ਹੈ 3rd ਅਲਟਰਨੇਟਿਵ। ਹੁਣ ਹਿੰਦੁਸਤਾਨ 'ਚ ਘੱਟੋ ਘੱਟ ਕਿੰਨੀਆਂ ਪਾਰਟੀਆਂ, ਮਮਤਾ ਬੈਨਰਜੀ ਹੈ, ਸਟਾਲਿਨ ਹੈ, ਬਿਜੂ ਪਟਨਾਇਕ ਹੈ, ਅਖਿਲੇਸ਼ ਹੈ, ਉਹ ਕਿੰਨੇ ਹੀ ਘੱਟੋ ਘੱਟ 10-12 ਚੀਫ ਮਿਨਿਸਟਰ ਆ ਜਿਹੜੇ ਹੁਣ ਇਹ ਗੱਲਾਂ ਮੰਗਣ ਲੱਗ ਗਏ, ਫੈਡਰਲ ਸਿਸਟਮ ਮੰਗਣ ਲੱਗ ਗਏ, ਫਾਈਨੈਂਸ਼ੀਅਲ ਸਿਸਟਮ ਮੰਗਣ ਲੱਗ ਗਏ, ਸਾਰੀਆਂ ਚੀਜ਼ਾਂ ਮੰਗਣ ਲੱਗ ਗਏ ਨੇ। ਇਸ ਕਰਕੇ ਸਾਡੇ ਕੁਛ ਇਸ਼ੂ ਧਰਮ ਨਾਲ ਜਿਹੜੇ ਹੈ ਉਹ ਵੱਖਰੇ ਨੇ, ਬੰਦੀ ਸਿੱਖਾਂ ਦੇ ਵੱਖਰੇ, ਥੋੜ੍ਹੇ ਸਾਡੇ ਐਡ ਨੇ, ਸਾਡਾ ਬਿਜ਼ਨਸ ਦਾ ਇੰਡਸਟਰੀ ਦਾ ਵੱਖਰਾ, ਉਹ ਵੀ ਇੰਡਸਟਰੀ ਮੰਗਦੇ ਨੇ, ਉਹ ਵੀ ਮੰਗਦੇ ਨੇ ਕਿ ਸਾਡੇ ਸੂਬੇ ਨੂੰ ਪੈਕੇਜ ਦਿਓ। ਲੇਕਿਨ ਸਾਡੇ ਥੋੜ੍ਹੇ ਜਿਹੇ ਹੋਰ ਜ਼ਿਆਦਾ ਉਸ ਤੋਂ ਸਖਤ ਨੇ ਕਿ ਸਾਨੂੰ ਜਿਵੇਂ ਮਾਰਤਾ ਇਹਨਾਂ ਨੇ ਕੈਦ ਕਰਕੇ ਚਾਰਜ ਫੇਰੋ। ਮਹਾਰਾਸ਼ਟਰ ਅਤੇ ਗੁਜਰਾਤ ਤੋਂ ਪਾਕਿਸਤਾਨ ਨਾਲ ਵਪਾਰ ਹੋ ਸਕਦਾ, 28 ਤਾਂ ਕਿਉਂ ਨਹੀਂ ਹੋ ਸਕਦਾ? ਜੇ 3 ਸੂਬਿਆਂ ਨੂੰ 12% ਦਿੱਤੀ ਹੈ ਰਿਆਇਤ, ਸਾਨੂੰ ਕਿਉਂ ਨਹੀਂ ਦੇ ਸਕਦੇ? ਬਾਰਡਰ ਦਾ ਸੂਬਾ ਹੈ ਸਾਡੀ ਇੰਡਸਟਰੀ ਨੂੰ। 1972 ਤੋਂ ਪਹਿਲਾਂ ਸਾਡੇ ਬਟਾਲਾ, ਇਹ ਗੋਬਿੰਦਗੜ੍ਹ, ਲੁਧਿਆਣਾ, ਇਹ ਸਾਰੀ ਇੰਡਸਟਰੀ, ਅੰਮ੍ਰਿਤਸਰ, ਜਲੰਧਰ ਬੜੀ ਉਹ ਸੀ, ਉਸ ਵੇਲੇ ਤਕੜੀ ਸੀ। ਉਸ ਵੇਲੇ ਇਹਨੂੰ ਜਿਹੜਾ ਕੱਚਾ ਮਾਲ ਮਿਲਦਾ ਸੀ, ਜਦੋਂ ਸਮੁੰਦਰ ਦੀ ਬੰਦਰਗਾਹ ਤੋਂ ਚੱਲਦਾ ਸੀ, ਜਿਹੜਾ ਉਹਦਾ ਖਰਚਾ ਹੁੰਦਾ ਸੀ ਕਰੇ ਦਾ, ਉਹਦੀ ਸਬਸਿਡੀ ਸੈਂਟਰ ਗਵਰਨਮੈਂਟ ਸਟੇਟ ਨੂੰ ਦਿੰਦੀ ਸੀ।
ਸਬਸਿਡੀਆਂ ਬੰਦ ਕਰਤੀਆਂ ਤਾਂ ਕਿ ਉੱਥੇ ਬੰਦਰਗਾਹ 'ਤੇ ਮਾਲ ਉਤਰਦਾ, ਇੱਥੇ ਆਉਂਦਾ ਟਰੱਕ ਦਾ ਕਿੰਨਾ ਕਿਰਾਇਆ ਕਿੰਨਾ ਮਹਿੰਗਾ ਪੈ ਗਿਆ ਜੀ। ਇਹ ਚੀਜ਼ਾਂ ਸਾਰੀਆਂ ਸਾਡਾ ਸਾਨੂੰ ਸਫ਼ਰ ਕਰ ਸਾਨੂੰ ਚਾਰਜ ਫਿਰ ਸਾਡਾ ਨਕੇਦਮ ਕਰਤਾ ਜੀ। ਇਸ ਕਰਕੇ ਸਾਡੇ ਵਿਤਕਰੇ 'ਤੇ ਵਿਤਕਰਾ, ਵਿਤਕਰੇ ਵਿਤਕਰਾ ਕਾਂਗਰਸ ਨੇ ਕੀਤਾ। ਉਸ ਤੋਂ ਬਾਅਦ ਇਹ ਆ ਗਏ, ਸਾਨੂੰ ਇਹ ਸੀ ਕਿ ਇਹ ਜੀਰੋ ਤੋਂ ਆਏ ਨੇ, ਉੱਠ ਕੇ ਸਾਡੇ ਨਾਲ ਰਲ ਕੇ ਡੜੇ ਨੇ, ਅਸੀਂ ਇਹਨਾਂ ਦੀ ਮਦਦ ਕੀਤੀ ਹੈ, ਇਹ ਰਾਜ 'ਚ ਆ ਗਏ, ਦਿੱਲੀ ਅਸੀਂ ਮਿਨੋਰਟੀਆਂ ਨਹੀਂ, ਦਿੱਲੀ ਆ ਸਕਦੇ ਰਾਜ 'ਚ। ਇਸ ਕਰਕੇ ਸ਼ਾਇਦ ਇਹ ਸਾਡੀ ਗੱਲ ਸੁਣਨਗੇ, ਲੇਕਿਨ ਸਾਡੀ ਗੱਲ ਸੁਣਨ ਦੀ ਬਜਾਏ ਉਲਟਾ ਸਾਨੂੰ ਕਹਿਣ ਲੱਗ ਗਏ, ਆਪ ਜੇ ਬਾਤ ਕਿਉਂ ਕਰਦੇ ਹੈ ਸਾਨੂੰ, ਆਪ ਜੇ ਬਾਤ ਕਿਉਂ ਕਰਦੇ ਹੈ ਫੈਡਰਲ ਸਿਸਟਮ ਦੀ, ਕਿਉਂ ਬਾਤ ਕਰਦੇ ਹੈ ਆਪ ਧਰਮ ਕੀ, ਕਿਉਂ ਕਰਦੇ ਹੈ ਬੰਦੀ ਸਿੱਖੋ ਕੀ, ਕਿਹਾ ਬਈ ਕਿਆ ਜ਼ੁਲਮ ਹੋ ਗਿਆ ਜੇ ਤੁਸੀਂ ਉਹ ਬਲਿਕਸ ਬਾਨੋ ਵਾਲੇ ਕੇਸ 'ਚ ਐਡਾ ਐਡਾ ਹੀਨੀਅਸ ਕ੍ਰਾਈਮ ਹੈ, ਮਰਡਰ ਅੱਡ ਹੈ, ਰੇਪ ਅੱਡ ਹੈ, ਇੰਨੀ ਇੰਨੀ ਬੁਰੀ ਬੁਰਾ ਕੇਸ ਹੈ, ਉਹਦੇ 'ਚ ਤੁਸੀਂ ਛੱਡ ਸਕਦੇ ਹੋ ਸੁਪਰੀਮ ਕੋਰਟ ਦੁਆਰਾ ਲੈ ਕੇ, ਹੁਣ ਤੁਹਾਡੇ ਕੀ ਕੀਤਾ, ਹੁਣ ਮੱਥੇ 'ਤੇ ਮੋਹਰ ਨਹੀਂ ਲਾਤੀ ਕਾਲੀ ਕਿ ਤੁਸੀਂ ਗਲਤ ਕੀਤਾ ਸੀ ਅਤੇ ਦੁਆਰਾ ਫੜ ਲਏ ਬੰਦੇ ਹੋ, ਉਹ ਛੱਡ ਸਕਦੇ ਨੇ। ਸਾਡੇ ਵਾਰੀ ਆ ਕੇ ਅਸੀਂ ਗਲਤ ਕਰਦੇ ਹਾਂ, ਸਾਡੀ ਮੰਗ ਗਲਤ ਹੈ, ਇਸ ਕਰਕੇ ਅਸੀਂ ਕੋਈ ਵਿਧਾਨ ਤੋਂ ਬਾਹਰ ਜਾ ਕੇ ਮੰਗ ਨਹੀਂ ਕਰਦੇ, ਹਰ ਗੱਲ ਹਿੰਦੁਸਤਾਨ ਦੇ ਵਿਧਾਨ ਦੇ ਮੁਤਾਬਕ ਕਰਦੇ ਹਾਂ, ਲੇਕਿਨ ਅਸੀਂ ਇਹ ਜ਼ਰੂਰ ਹੈ ਕਿ ਅਸੀਂ ਨੀਵੀਂ ਪਾ ਕੇ ਉਹਨਾਂ ਨਾਲ ਸਮਝੌਤਾ, ਦਿੱਲੀ ਦੇ ਅਸੀਂ ਗੁਲਾਮ ਨਹੀਂ ਬਣ ਸਕਦੇ, ਅਸੀਂ ਆਪਣੀ ਗੱਲ ਦੇ ਨਾਲ ਅੜ ਕੇ ਰਹਿਣਾ ਸਿੱਖਿਆ। ਕੋਈ ਨਹੀਂ ਰਾਜ ਆਉਣਾ ਨਾ ਆਉਣਾ, ਜੇ ਅਸੀਂ ਚਾਰ ਪਾਰਲੀਮੈਂਟ ਸੀਟਾਂ ਜਿੱਤ ਜਾਂਦੇ ਕੀ ਅਸੀਂ ਫਿਰ ਉੱਥੇ 545 'ਚ ਸਾਡੀ ਕੋਈ ਵੈਲਿਊ ਸੀ ਜੀ। ਇਸ ਕਰਕੇ ਅਸੀਂ ਅਸੂਲ ਤੋਂ ਥਿੜਕ ਜਾਂਦੇ, ਅਸੀਂ ਜ਼ੀਰੋ ਹੋ ਜਾਂਦੇ, ਅਸੀਂ ਆਪਣੇ ਅਸੂਲ 'ਤੇ ਖੜ੍ਹੇ ਹਾਂ, ਖੜ੍ਹੇ ਰਹਾਂਗੇ ਜੀ। ਚਰਨਜੀਤ ਬਰਾੜ ਹੋਰਾਂ ਨੇ ਇੱਕ ਗੱਲ ਹੋਰ ਲਿਖੀ, ਕਹਿੰਦੇ ਵੀ ਮੈਂ ਇਹ ਗੱਲ ਰੱਖੀ ਸੀ ਪਾਰਟੀ ਦੇ ਵਿੱਚ ਕਿ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਖਾਲਸਾ ਹੋਰਾਂ ਦੇ ਅਗੇਂਸਟ ਕੋਈ ਉਮੀਦਵਾਰ ਨਹੀਂ ਉਤਾਰਨਾ ਚਾਹੀਦਾ, ਪਰ ਕਹਿੰਦੇ ਵੀ ਬੰਟੀ ਰੁਮਾਣਾ ਹੋਰਾਂ ਨੇ ਮੇਰੀ ਇਸ ਗੱਲ ਦਾ ਵਿਰੋਧ ਕੀਤਾ ਕਿ ਜਦੋਂ ਕੈਂਡੀਡੇਟਸ ਦੀ ਅਨਾਊਂਸਮੈਂਟ ਹੋਈ ਹੈ ਉਸ ਇਸ ਤਰੀਕੇ ਦੀ ਕੋਈ ਗੱਲ ਹੋਈ ਸੀ, ਨਾਲ ਹੀ ਉਹਨਾਂ ਨੇ ਇੱਕ ਇਹ ਇਲਜ਼ਾਮ ਵੀ ਲਗਾਇਆ ਕਿ ਮੈਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਣ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ। ਬੀਬਾ ਕੋਈ ਕਿਸੇ ਨੂੰ ਪਾਰਟੀ 'ਚੋਂ ਨਹੀਂ ਕੱਢਦਾ, ਮੈਂ ਡਿਸਿਪਲਿਨ ਕਮੇਟੀ ਦਾ ਚੇਅਰਮੈਨ ਹਾਂ ਜੀ। ਕਿੰਨੇ ਦਿਨਾਂ ਦੀ ਚਿੱਠੀ ਫਿਰਦੀ ਆ, ਕਦੇ ਇੱਕ ਲਫ਼ਜ਼ ਬੋਲਿਆ ਮੈਂ? ਮੈਂ ਅੱਜ ਵੀ ਕਹਿਣਾ ਕਿ ਜਿਹੜੀ ਸਾਡੀ ਲਾਸਟ ਮੀਟਿੰਗ ਹੋਈ, ਜਿੰਨੇ ਨਹੀਂ ਮੈਂ ਸਾਡੇ ਫੈਸਲੇ ਹੋਏ, ਉਸ ਵੇਲੇ ਅੰਮ੍ਰਿਤਪਾਲ ਕਿਸੇ ਪਿਕਚਰ 'ਚ ਨਹੀਂ ਸੀ। ਅੰਮ੍ਰਿਤਪਾਲ ਜਦੋਂ ਕਾਗਜ਼ ਭਰ ਲਏ, ਉਸ ਵੇਲੇ ਅੰਮ੍ਰਿਤਪਾਲ ਐਂਟਰ ਕੀਤਾ। ਉਸ ਤੋਂ ਬਾਅਦ ਸਾਡੀ ਕੋਈ ਸੀਨੀਅਰ ਦੀ, ਜਿਹਨੂੰ ਕੋਰ ਕਮੇਟੀ ਕਹਿ ਲਓ ਜਾਂ ਕੋਈ ਸਾਡੀ ਵਰਕਿੰਗ ਕਮੇਟੀ ਕਹਿ ਲਓ ਜਾਂ ਕੋਈ ਸਾਡੀ ਪੰਜ ਚਾਰ ਸੀਨੀਅਰ ਬੰਦੇ ਦੀ ਮੀਟਿੰਗ ਕਹਿ ਲਓ, ਕੋਈ ਮੀਟਿੰਗ ਨਹੀਂ ਸੀ, ਆਪੋ ਆਪਣੇ ਕੰਮਾਂ 'ਚ ਲੱਗ ਗਏ। ਇਸ ਕਰਕੇ ਮੈਨੂੰ ਨਹੀਂ ਪਤਾ ਕਿ ਵਿਦ ਇਨ ਦੋ ਜਾਂ ਤਿੰਨ ਬੰਦਿਆਂ 'ਚ ਕੀ ਗੱਲ ਹੋਈ ਹੈ, ਉਹਦੇ 'ਚ ਮੈਨੂੰ ਕੋਈ ਪਤਾ ਨਹੀਂ। ਇਸ ਕਰਕੇ ਮੈਂ ਨਾ ਉਹਦੇ ਹੱਕ 'ਚ ਨਾ ਉਹਦੇ ਖਿਲਾਫ਼ ਮੈਂ ਕੁਛ ਨਹੀਂ ਬੋਲਣਾ, ਲੇਕਿਨ ਮੈਂ ਸਾਰਿਆਂ ਨੂੰ ਅਪੀਲ ਕਰਦਾ, ਜੇ ਤੁਸੀਂ ਸਾਰੇ ਕਹਿੰਦੇ ਅਸੀਂ ਅਕਾਲੀ ਦਲ ਹਾਂ, ਆਓ ਅੰਦਰ ਬਹਿ ਕੇ ਆਪਣੇ ਗਿਲੇ ਸ਼ਿਕਵੇ ਕਰੋ, 10 ਘੰਟੇ ਲਾ ਲਓ, ਕਹੋ ਆਪਾਂ ਕਰਦੇ, ਮੈਂ ਜਿੱਥੇ ਠੀਕ ਹੋਇਆ ਮੈਂ ਨਾਲ ਗੱਲ ਕਰਾਂਗਾ, ਜੇ ਗੱਲ ਲੱਗਿਆ ਕਿ ਪ੍ਰਧਾਨ ਜੀ ਨੂੰ ਆਹ ਗੱਲ ਕਹਿਣੀ ਹੈ ਮੈਂ ਨਾਲ ਕਹਾਂਗਾ, ਲੇਕਿਨ ਅਸੀਂ ਕਹੀਏ ਕਿ ਨਹੀਂ ਜੀ, 5 ਮਹੀਨੇ ਪ੍ਰਧਾਨ ਨੇ ਜ਼ੋਰ ਲਾ ਕੇ ਮਿਹਨਤ ਕੀਤੀ, ਵਰਕਰਾਂ ਨੇ ਮਿਹਨਤ ਕੀਤੀ, ਵੋਟਰਾਂ ਨੇ ਮਿਹਨਤ ਕੀਤੀ, ਔਰ ਕਹਿਣ ਜਿਹੜੀ ਸਾਡੀ ਮੀਟਿੰਗ ਹੋਈ ਹੈ ਕੱਲ੍ਹ ਕੋਰ ਕਮੇਟੀ ਦੀ, ਉਹ ਸਾਰਿਆਂ ਨੇ ਆਖਿਆ ਕਿ ਬੱਲੇ ਬੱਲੇ ਇੱਕ ਵਾਰੀ ਬੜਾ ਵੱਡਾ ਵਾਰ ਆ ਗਿਆ ਕਿ ਆਪਾਂ ਲੈ ਗਏ ਸੀ, ਲੋਕਾਂ ਦੇ ਅਪਰੋਚ ਹੋਣ ਲੱਗ ਗਈ ਬਾਹਰੋਂ ਕਿ ਜਿੱਤ ਗਏ, ਲੇਕਿਨ ਚੇਂਜ ਆਈ, ਚੇਂਜ ਇਹ ਇਸ਼ੂ ਆ ਗਿਆ ਕਿ ਉਹ 2 ਖੇਮਿਆਂ 'ਚ ਵੰਡਿਆ ਗਿਆ, ਔਰ ਸਾਨੂੰ ਜਿਹੜਾ ਹੋ ਗਿਆ ਕਿ ਇਹ ਕਲੀਅਰ ਲੋਕਾਂ 'ਚ ਗਿਆ ਕਿ ਸ਼ਾਇਦ ਇਸ ਤੋਂ ਬਾਅਦ ਜਿੱਤ ਕੇ ਇਹ ਕਾਂਗਰਸ ਨਾਲ ਜਾਣੇ ਨਹੀਂ, ਇੱਧਰ ਨਾ ਵਗ ਜਾਣ ਜੀ, ਅਸੀਂ ਉੱਥੇ ਆ ਕੇ ਇਹ ਸਾਡਾ ਵੋਟ ਪੈਟਰਨ ਚੇਂਜ ਹੋ ਗਿਆ। ਸੋ ਇਸ ਕਰਕੇ ਮੈਂ ਇਹਦੇ 'ਚ ਕੋਈ ਅੰਮ੍ਰਿਤਪਾਲ ਵਾਲਾ ਪੁਆਇੰਟ ਜਾਂ ਕੋਈ ਪੁਆਇੰਟ ਮੈਂ ਕੋਈ ਲੈਣਾ ਚਾਹੁੰਦਾ, ਮੈਂ ਹਰ ਇੱਕ ਦੀ ਇੱਜ਼ਤ ਕਰਦਾ, ਉਹ ਵੀ ਸਾਡੇ ਸਿੱਖ ਨੌਜਵਾਨ ਹੈ, ਉਹ ਵੀ ਇਸ ਇਸ਼ੂ 'ਤੇ ਲੜਦੇ ਨੇ, ਧਰਮ ਦੀਆਂ ਗੱਲਾਂ ਉਹ ਕਰਦੇ ਨੇ, ਅੰਮ੍ਰਿਤ ਦੀਆਂ ਗੱਲਾਂ ਉਹ ਕਰਦੇ ਨੇ, ਨਾਲ ਉਹ ਭੁਪਿੰਦਰ ਸਾਹਿਬ, ਤੁਸੀਂ ਇਹਨਾਂ ਦੋਵਾਂ ਆਜ਼ਾਦ ਉਮੀਦਵਾਰਾਂ ਦੀ ਜਿੱਤ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੀ ਤੁਹਾਨੂੰ ਲੱਗਦਾ ਹੈ ਕਿ ਅੱਜ ਪੰਥਕ ਸਿਆਸਤ ਦੇ ਵਿੱਚ ਇੱਕ ਹੋਰ ਰਸਤਾ ਅਖਤਿਆਰ ਹੋ ਰਿਹਾ? ਮੈਂ ਨਹੀਂ ਮੰਨਦਾ। ਮੈਨੂੰ ਦੱਸੋ ਕਿ ਜਦੋਂ ਅਸੀਂ ਖੜ੍ਹੇ ਹੁੰਦੇ ਹਾਂ ਕਿ ਉਦੋਂ ਵਿਧਾਨ 'ਤੇ ਦਸਖਤ ਨਹੀਂ ਕਰਦੇ ਜੀ? ਕੀ ਅਸੀਂ ਸਹੁੰ ਨਹੀਂ ਖਾਂਦੇ ਬੋਲ ਕੇ ਉੱਚੂ ਖਾਂਦੇ ਨਾ? ਜਿਹਨੇ ਵਿਧਾਨ ਦੀ ਸਹੁੰ ਖਾ ਲਈ ਅਤੇ ਵਿਧਾਨ 'ਤੇ ਦਸਖਤ ਕਰਦੇ ਕਿਵੇਂ ਮੰਨਦਾ, ਫਿਰ ਅਸੀਂ ਕਿਵੇਂ ਵੱਖਵਾਦੀ, ਕਿਵੇਂ ਕਰਮ ਖਿਆਲੀ ਹੋਵੇ?
ਜੀ ਸੋ ਮੈਂ ਨਹੀਂ ਇਹ ਗੱਲ ਨਾਲ, ਇਹ ਇੱਕ ਸਾਡਾ ਇੱਕ ਬਣਾਇਆ ਜਾ ਰਿਹਾ, ਸਾਡਾ ਇੱਕ ਪੋਸਚਰ ਸਿੱਖਾਂ ਦਾ ਬਣਾਇਆ ਜਾ ਰਿਹਾ। ਸਾਨੂੰ ਇਹੀ ਤਾਂ ਪੰਜਾਬ ਸਾਸ਼ਾਂ ਹੋ ਰਹੀ ਨੇ ਵਾਰ ਵਾਰ ਕਿ ਹਰੇਕ ਨੂੰ ਕਹੋ ਜੀ ਹੁਣ ਖਾਲਿਸਤਾਨ ਹੋ ਜੂ ਜੀ, ਹੁਣ ਪੰਜਾਬ ਜੁੜ ਜੂ ਜੀ, ਹੁਣ ਖਮਨੀ ਕੀ ਹੋ ਗਿਆ ਜੀ, ਅਸੀਂ ਇਹੀ ਗੱਲ ਕਰ ਲੈਂਦੇ, ਸਾਨੂੰ ਕਹਿੰਦੇ ਖਾਲਿਸਤਾਨ ਨਾਲ ਨੇ। ਅਤੇ ਬੀਜੇਪੀ ਜਦੋਂ ਕਾਗਜ਼ ਕਰਕੇ ਲੜ ਪਏ, ਹੁਣ ਕੋਈ ਖਾਲਿਸਤਾਨ ਨਹੀਂ ਜੀ। ਹੁਣ ਜੀ ਇਹਦੇ ਜੀ ਇੱਕ ਉਭਾਰ ਆ ਗਿਆ ਜੀ ਗਰਮ ਖਿਆਲ, ਕੋਈ ਗਰਮ ਖਿਆਲ ਦਾ ਉਭਾਰ ਨਹੀਂ। ਜਦੋਂ ਅੰਗਰੇਜ਼ ਨਾਲ ਲੜਦੇ ਸੀ ਉਦੋਂ ਵੀ ਅਕਾਲੀ ਦਲ ਲੜਦਾ ਹੁੰਦਾ, ਇੱਕ ਬਬਰ ਅਕਾਲੀ ਲੜਦੇ ਹੁੰਦੇ। ਬਬਰ ਅਕਾਲੀਆਂ ਦਾ ਸੀ ਇਹ ਏਜੰਡਾ ਕਿ ਜੋ ਸਰਕਾਰੀ ਹੈ ਉਹਨਾਂ 'ਤੇ ਐਕਸ਼ਨ ਕਰੋ, ਅੰਗਰੇਜ਼ ਨਾਲ ਸਿੱਧੀ ਲੜਾਈ ਲੜੋ, ਜਿਵੇਂ ਸੁਭਾਸ਼ ਚੰਦਰ ਬੋਸ ਨੇ ਲੜੀ, ਜਾਂ ਇਹ ਭਗਤ ਸਿੰਘ ਹੋਰਾਂ ਨੇ ਲੜੀ, ਜਾਂ ਸਰਾਭੇ ਹੋਰਾਂ ਨੇ ਲੜੀ। ਇਹੀ ਬਬਰ ਅਕਾਲੀ ਲੜਦੇ ਸੀ, ਬੜੀ ਮਸ਼ਹੂਰ ਬੜੀ ਵੱਡੀ ਲਹਿਰ ਸੀ ਜੀ। ਲੇਕਿਨ ਉਹ ਅਕਾਲੀ ਦਲ ਨਾਲ ਕੋਈ ਮਤਭੇਦ ਨਹੀਂ ਸੀ ਹੁੰਦਾ, ਏਜੰਡਾ ਇੱਕੋ ਹੁੰਦਾ ਸੀ ਆਜ਼ਾਦੀ ਦਾ। ਅੱਜ ਵੀ ਏਜੰਡਾ ਤਾਂ ਸਾਡਾ ਉਹੀ ਹੈ। ਕੀ ਇਸ ਤੋਂ ਇਲਾਵਾ ਕੋਈ ਏਜੰਡਾ ਹੈ? ਜਿਹੜਾ ਏਜੰਡਾ ਸਾਡਾ ਦਿੱਤਾ ਹੋਇਆ, ਸਾਡਾ ਮੈਨੀਫੈਸਟੋ ਪੜ੍ਹ ਲਓ, ਐਲਾਨਨਾਮਾ, ਸਾਡਾ ਐਲਾਨਨਾਮਾ ਪੜ੍ਹੋ, ਉਸ ਦੇ ਉੱਤੇ ਕੀ ਕੋਈ ਡਿਫਰ ਕਰਦਾ, ਕੋਈ ਨਵੀਂ ਗੱਲ ਉਸ ਤੋਂ ਲਿਆਉਂਦਾ ਜੀ? ਇਸ ਕਰਕੇ ਅਕਾਲੀ ਦਲ ਜਿਹੜਾ ਹੈ ਉਹ ਆਪਦੇ ਐਲਾਨਨਾਮੇ 'ਤੇ ਕਾਇਮ ਹੈ, ਉਸ 'ਤੇ ਅਸੀਂ ਲੜਾਂਗੇ। ਅਸੀਂ ਉਸ ਤੋਂ ਬਗੈਰ ਕੋਈ ਅੱਜ ਇੱਧਰ ਇੱਧਰ ਕੋਈ ਨਾ ਇੱਧਰ ਨਾ ਇੱਧਰ, ਸਾਡਾ ਇੱਕ ਸਿੱਧਾ ਨਿਸ਼ਾਨਾ ਹੈ ਸਾਡਾ ਐਲਾਨਨਾਮਾ ਜੀ। ਪੁੰਦਰ ਸਾਹਿਬ, ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਚੰਦੂ ਮਾਜਰਾ ਸਾਹਿਬ ਕਹਿੰਦੇ ਵੀ ਜਦੋਂ ਪ੍ਰੈਸ ਦੇ ਵਿੱਚ ਇਹ ਪ੍ਰੈਸ ਨੋਟ ਆਉਂਦਾ, ਜਦੋਂ ਪ੍ਰੈਸ ਨੋਟ ਦਿੱਤਾ ਜਾਂਦਾ ਹੈ, ਅਤੇ ਉਹਦੇ ਵਿੱਚ ਭਰੋਸਗੀ ਮਤੇ ਦੀ ਗੱਲ ਹੁੰਦੀ ਹੈ ਕਿ ਭਰੋਸਗੀ ਮਤਾ ਲਿਆਂਦਾ ਗਿਆ, ਅਤੇ ਉਸ 'ਤੇ ਸਾਰਿਆਂ ਨੇ ਸਹਿਮਤੀ ਪ੍ਰਗਟ ਕੀਤੀ ਕਿ ਸਾਨੂੰ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਅਗਵਾਈ ਕਬੂਲ ਹੈ, ਅਸੀਂ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਚੱਲਾਂਗੇ। ਪਰ ਚੰਦੂ ਮਾਜਰਾ ਸਾਹਿਬ ਕਹਿੰਦੇ ਕਿ ਭਰੋਸਗੀ ਮਤਾ, ਬੇਭਰੋਸਗੀ ਮਤਾ, ਅਜਿਹਾ ਕੋਈ ਮਤਾ ਲਿਆਂਦਾ ਨਹੀਂ ਗਿਆ, ਅਸਲੀਅਤ ਕੀ ਹੈ? ਤੁਸੀਂ ਉਸ ਮੀਟਿੰਗ ਦੇ ਵਿੱਚ ਸੀ। ਅਸਲੀਅਤ ਇਹ ਹੈ ਕਿ ਹਰ ਬੰਦੇ ਨੇ ਤਾਰੀਫ ਕੀਤੀ ਕਿ ਬਾਦਲ ਸਾਹਿਬ ਨੇ ਬਹੁਤ ਮਿਹਨਤ ਕੀਤੀ ਜੀ, ਵਰਕਰਾਂ ਨੇ ਬਹੁਤ ਮਿਹਨਤ ਕੀਤੀ, ਔਰ ਜੋ ਇੰਚਾਰਜ ਸੀ ਬਹੁਤ ਮਿਹਨਤ ਕੀਤੀ, ਬੜਾ ਵੱਡਾ ਉਭਾਰ ਆਇਆ। ਲੇਕਿਨ ਅਚਾਨਕ ਜਿਹੜੀ ਪੋਲਿਸੀ ਸੀ ਇਹ ਬੀਜੇਪੀ ਵਾਲੀ ਕਲੀਅਰ ਨਾ ਹੋਣ ਕਰਕੇ ਬੀਜੇਪੀ ਸਾਇਲੈਂਟ ਹੋ ਗਈ ਹੁਸ਼ਿਆਰੀ ਨਾਲ ਜੀ। ਅਤੇ ਸਾਡੇ 'ਚੋਂ ਵੀ ਕਿਸੇ ਨਾ ਕਿਸੇ ਤੋਂ ਪੁੱਛਿਆ ਗਿਆ, ਉਹ ਆਨਸਰ ਨਹੀਂ ਆਇਆ ਕਿ ਅਸੀਂ ਕੋਈ ਦੋਨਾਂ 'ਚੋਂ ਕਿਸੇ ਨਾਲ ਜਾਂਦੇ ਅਸੀਂ ਇਸ਼ੂ 'ਤੇ ਖੜਾਂਗੇ ਜੀ। ਕਿਤੇ ਨਾ ਕਿਤੇ ਕਿਸੇ ਬੰਦੇ ਦੇ ਮੂੰਹ 'ਚੋਂ ਨਿਕਲੇਗਾ ਕਿ ਦੇਖਾਂਗੇ ਜੀ, ਉਹ ਲੋਕਾਂ ਦੇ ਮਨ 'ਚ ਲੈ ਗਿਆ ਕਿ ਸ਼ਾਇਦ ਬੀਜੇਪੀ ਨਾਲ ਇੱਧਰ ਜਾਂਦੇ ਨਹੀਂ, ਇਹ ਭੁਲੇਖਾ ਆਇਆ। ਇਸ ਕਰਕੇ ਨਾ ਕਿਸੇ ਨੇ ਪ੍ਰਧਾਨ ਨੂੰ ਆਖਿਆ ਤੇਰਾ ਤੂੰ ਗਲਤ ਹੈ, ਨਾ ਠੀਕ ਹੈ, ਉਹਦੀ ਤਾਰੀਫ ਹੋਈ ਹੈ ਪ੍ਰਧਾਨ ਦੀ। ਮੈਂ ਚੰਦੂ ਮਾਜਰਾ ਸਾਹਿਬ ਦੇ ਨਾਲ, ਚੰਦੂ ਮਾਜਰਾ ਸਾਹਿਬ ਨੇ ਖੁਦ ਕਿਹਾ ਕਿ ਜੀ ਬਹੁਤ ਮਿਹਨਤ ਕੀਤੀ ਪ੍ਰਧਾਨ ਸਾਹਿਬ ਨੇ 5 ਮਹੀਨੇ ਗਰਮੀ 'ਚ, ਔਰ ਬੜਾ ਵੱਡਾ ਵਾਰ ਆਇਆ, ਇੱਕ ਵਾਰੀ ਤਾਂ ਇਹ ਹੋ ਗਿਆ ਸੀ ਆਪਾਂ ਸਾਰੇ ਜਿੱਤ ਚੱਲੇ ਹਾਂ। ਸੋ ਇਸ ਕਰਕੇ ਇਹ ਜਿਹੜਾ ਵੋਟਾਂ ਦਾ ਪੈਟਰਨ ਹੈ, ਮੈਂ ਹੀ ਕਹੀ ਜਾਂਦਾ ਕਿ ਇਹਦੇ 'ਚ ਕਈ ਵਾਰੀ ਸਿਸਟਮ ਹੋਰ ਹੁੰਦੇ ਨੇ, ਅਸੀਂ ਆਪਦੇ ਏਜੰਡੇ ਨੂੰ ਨਹੀਂ ਬਦਲ ਸਕਦੇ। ਬਿਲਕੁਲ ਪੁਆਇੰਟ ਹੈ ਕਿ ਅਸੀਂ ਮੈਂ ਕਹਿੰਦਾ ਇੱਕ ਲਾਈਨ 'ਤੇ ਮਾਰ ਖਾਧੀ ਅਸੀਂ ਕਿ ਕੀ ਕਿਤੇ ਬੀਜੇਪੀ ਨਾਲ ਨਾ ਚੱਲੇ ਜੇ। ਬੀਜੇਪੀ ਵਰਸਜ ਇੰਡੀਆ ਸੀ ਕਿ ਵਿਧਾਨ ਬਚਾਓ, ਵਿਧਾਨ ਹਟਾਓ, ਇਹ ਪੁਆਇੰਟ। ਉੱਥੇ ਆ ਕੇ ਇਸ ਪੁਆਇੰਟ 'ਤੇ ਆ ਕੇ ਸਾਡਾ ਜਿਹੜਾ ਨੁਕਸਾਨ ਹੋਇਆ, ਮੈਂ ਨਹੀਂ ਮੰਨਦਾ ਕੋਈ ਪੋਲਿਸੀ 'ਚ ਨੁਕਸਾਨ ਨਹੀਂ। ਜੁਨੈਨੀ ਮਸਲੀ ਸਾਡੀ ਪੋਲਿਸੀ ਬਣੀ, ਸਾਰੇ ਬੰਦੇ ਅਸੀਂ ਬਹਿਸ ਕਰਕੇ 3 ਮੀਟਿੰਗਾਂ ਕਰਕੇ 10 ਮਿੰਟ ਕਰ ਜਿਹਦੇ ਸਾਰੇ ਹੀ ਬੈਠੇ ਸੀ, ਭਾਵੇਂ ਉਹ ਚੰਦੂ ਮਾਜਰਾ ਸੀ, ਭਾਵੇਂ ਉਹ ਦਿੱਲੀ ਵਾਲੇ ਜੀ ਕੇ ਸਰ ਨੇ ਹੋਰੀ ਸੀ, ਭਾਵੇਂ ਉਹ ਬੀਬੀ ਜਗੀਰ ਕੌਰ ਸੀ, ਭਾਵੇਂ ਸਾਰੇ ਜਿੰਨੇ 12-13 ਬੰਦੇ ਅਸੀਂ ਸੀ, ਸਾਰਿਆਂ ਨੇ ਜੁਨੈਨੀ ਮਸਲੀ ਉਹ ਏਜੰਡਾ ਪਾਸ ਕੀਤਾ ਜੋ ਅਸੀਂ ਰਸਤਾ ਅਖਤਿਆਰ ਕੀਤਾ ਸੀ। ਇਸ ਕਰਕੇ ਉਸ ਨੂੰ ਅੱਜ ਕਹਿਣਾ ਕਿ ਅਸੀਂ ਉਸ ਤੋਂ ਜੀ ਆਹ ਨਹੀਂ, ਮੈਂ ਉਸ ਗੱਲ ਸਾਂ। ਇਸ ਕਰਕੇ ਮੈਂ ਅੱਜ ਵੀ ਕਹਿਣਾ ਇੰਡੀਵਿਜੁਅਲ, ਮੈਂ ਕਿਸੇ ਨੂੰ ਕੁਛ ਨਹੀਂ ਕਹਿਣਾ, ਕੋਈ ਨਹੀਂ ਜੋ ਕਿਸੇ ਨੇ ਕਹਿਤਾ ਆਪਣੇ ਖਿਆਲ ਨਾਲ ਕਹਿਤਾ, ਲੇਕਿਨ ਮੈਂ ਅੱਜ ਵੀ ਕਹਿਣਾ ਕਿ ਕੋਈ ਗੱਲ ਨਹੀਂ, ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਦੇ ਏਜੰਡੇ 'ਤੇ ਲੜਨਾ ਚਾਹੀਦਾ ਹੈ। ਔਰ ਜੇ ਅਸੀਂ ਪਾਰਟੀ ਬਚਾਉਣੀ ਹੈ, ਸਾਨੂੰ ਪਾਰਟੀ ਦੇ ਅੰਦਰ ਬਹਿ ਕੇ ਗੱਲਾਂ ਕਰਨੀਆਂ ਚਾਹੀਦੀਆਂ ਨੇ। ਪਾਰਟੀ ਕਦੇ ਘਰ ਹੈ, ਦੇਸ਼ ਹੈ। ਹਿੰਦੁਸਤਾਨ ਦੇ ਵਿੱਚ ਜੰਗ ਲੱਗ ਗਈ ਬਾਹਰਲੇ ਮੁਲਕ ਨਾਲ, ਵਿਰੋਧੀ ਪਾਰਟੀਆਂ ਨੇ ਕੀ ਕਹਿ ਦੇ ਕਿ ਤੁਸੀਂ ਗਲਤ ਹੋ, ਅਸੀਂ ਤੁਹਾਡੇ ਖਿਲਾਫ਼ ਹਾਂ, ਗਦਾਰ ਗਿਣੇ ਜਾਣਗੇ। ਘਰ 'ਚ ਤੁਹਾਡੇ ਪਰਿਵਾਰ ਝਗੜਾ ਪੈ ਗਿਆ, ਤੁਸੀਂ ਭੈਣ ਭਰਾ ਲੜ ਪਏ, ਪਿਓ ਪੁੱਤ ਲੜ ਪਏ, ਘਰ ਵਾਲੀ ਘਰ ਵਾਲਾ ਲੜ ਪਏ, ਤੁਸੀਂ ਬਾਹਰ ਜਾ ਕੇ ਸੱਤ ਸਿਰ ਵਾਲਾ ਪਾਉਂਦੇ ਹੋ, ਅਤੇ ਤੁਹਾਡੀ ਬੇਇੱਜ਼ਤੀ ਨਹੀਂ?
ਘਰ ਬਹਿ ਕੇ ਸੁਲਝਾਓ, ਵੱਡੇ ਬੁੜੇ ਨੂੰ ਸੱਦ ਲਓ, ਚਾਰ ਬੰਦੇ ਬਹਿ ਜਾਓ ਇਕੱਠੇ ਕਿ ਕਿਹਦੀ ਗਲਤੀ, ਉਹਨੂੰ ਕਹਿੰਦਾ ਇੱਥੋਂ ਗਲਤੀ ਹੋ ਗਈ, ਮਾਫੀ ਮੰਗ ਲਾ। ਇਵੇਂ ਜੇਕਰ ਘਰ ਬਹਿ ਕੇ ਅਸੀਂ ਜੇ ਕਿਤੇ ਸਾਡੇ ਕਿਤੇ ਪੋਲਸੀ 'ਚ ਕੋਈ ਹੈ ਬੈਠੋ, ਪਾਲਸੀ ਦੇਖੋ ਕਿ ਕਿੱਥੇ ਪਾਲਸੀ 'ਚ ਕਮੀ ਹੈ, ਜੇ ਕੋਈ ਤੁਹਾਨੂੰ ਲੱਗਦੀ ਹੈ। ਨਹੀਂ ਤਾਂ ਐਲਾਨਨਾਮਾ ਅਸੀਂ ਸਾਰਿਆਂ ਨੇ ਕੀਤਾ ਹੈ ਜੀ, ਇਸ ਐਲਾਨਨਾਮੇ 'ਤੇ ਕੋਈ ਜੇ ਕੋਈ ਕਹਿੰਦਾ ਮੈਂ ਨਹੀਂ ਸੀ ਸ਼ਾਮਿਲ, ਦੱਸੇ ਇਸ ਕਰਕੇ ਕੋਈ ਗੱਲ ਨਹੀਂ ਹੈ, ਮੈਂ ਨਹੀਂ ਇਸ ਵਿੰਡਦਾ ਅਤੇ ਨਾ ਮੈਂ ਕਿਸੇ ਦੇ ਉਲਟ ਕਹਿਣਾ ਚਾਹੁੰਦਾ। ਮੈਂ ਤਾਂ ਅਪੀਲ ਹੀ ਕਰਨਾ ਚਾਹੁੰਦਾ ਕਿ ਆਓ, ਜੇ ਅਸੀਂ ਸੱਚੇ ਮਨੋਂ ਕਰ ਲਈਆਂ, ਜੇ ਸਾਡੇ 'ਚ ਲੜਨ ਦੀ ਜ਼ਰੂਰਤ ਹੈ, ਜੇ ਤਾਂ ਅਸੀਂ ਕਿਸੇ ਲਾਲਚੀ ਪਈ ਕਿ ਰਾਜ ਛੇਤੀ ਕਿਵੇਂ ਆਵੇ, ਰਾਜ ਕਦੇ ਮੰਗੇ ਨਹੀਂ ਮਿਲਦੇ, ਰਾਜ ਤਾਂ ਸ਼ਕਤੀਆਂ ਨਾਲ ਮਿਲਦੇ ਨੇ, ਰਾਜ ਇਹ ਮਿਹਨਤ ਕਰਕੇ ਨਹੀਂ, ਰਾਜ ਤਾਂ ਤਾਕਤ ਨਾਲ ਲੈਣੇ ਪੈਂਦੇ ਨੇ। ਇਸ ਕਰਕੇ ਲੜੋਂਗੇ, ਤਕੜੇ ਹੋਵੋਗੇ, ਰਾਜ ਤੁਹਾਡੇ ਮਗਰ ਆਏਗਾ ਜੀ। ਪੁੰਦਰ ਸਾਹਿਬ, ਪੰਜਾਬ ਦੇ ਵਿੱਚ 5 ਥਾਵਾਂ 'ਤੇ ਜ਼ਿਮਨੀ ਚੋਣਾਂ ਵੀ ਨੇ, ਉਹਦੇ ਵਿੱਚ ਅਕਾਲੀ ਦਲ ਦੀ ਕੀ ਤਿਆਰੀ ਹੈ? ਚਰਚਾ ਲਗਾਤਾਰ ਇਹ ਚੱਲ ਰਹੀ ਹੈ ਕਿ ਗਿੱਦੜਬਾਹੇ ਤੋਂ ਸੁਖਬੀਰ ਬਾਦਲ ਲੜ ਸਕਦੇ ਨੇ ਚੋਣ, ਡੇਰਾ ਬਾਬਾ ਨਾਨਕ ਤੋਂ ਬਿਕਰਮ ਮਜੀਠੀਆ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ, ਜ਼ਿਮਨੀ ਚੋਣਾਂ ਨੂੰ ਲੈ ਕੇ ਕੀ ਕੁਛ ਤਿਆਰੀ ਹੈ ਅਕਾਲੀ ਦਲ? ਪਾਰਟੀ ਨੇ ਇਸ 'ਤੇ ਅਜੇ ਜ਼ਿਮਨੀ ਚੋਣਾਂ ਹੋਣੀਆਂ ਨੇ 4, ਇਹ ਇਕੱਲੀ ਕਰਾਈ ਹੈ। ਪਹਿਲਾਂ ਤਾਂ ਇਹ ਇੱਕ ਸ਼ਰਾਰਤ ਹੈ, ਕਮਿਸ਼ਨ ਨੇ ਗਲਤ ਕੀਤਾ, ਹਿੰਦੁਸਤਾਨ ਦੀਆਂ ਸਾਰੀਆਂ ਪੋਜੀਸ਼ਨ ਪਾਰਟੀਆਂ ਨੇ ਵਿਰੋਧ ਤਾਂ ਕੀਤਾ ਕਿ ਜਦੋਂ ਅੱਜ ਹਿੰਦੁਸਤਾਨ ਦੀਆਂ ਬਾਕੀ ਸੀਟਾਂ ਆ ਰਹੀਆਂ ਨੇ, ਤੁਸੀਂ 14 ਕਿਉਂ ਐਲਾਨ ਕੀਤੀਆਂ ਜੀ? ਅੱਜ ਸਾਰੇ ਅਸਤੀਫੇ ਆ ਗਏ ਨੇ, ਇਕੱਠੀਆਂ ਐਲਾਨ ਕਰਦੇ, ਇਹ ਸ਼ਰਾਰਤ ਹੋਈ ਹੈ। ਇਹਦੇ ਅਸੀਂ ਵੀ ਖਿਲਾਫ ਹਾਂ, ਬਾਕੀ ਪਾਰਟੀਆਂ ਵੀ ਖਿਲਾਫ, ਸਭ ਨੇ ਬਿਆਨ ਦਿੱਤਾ। ਨੰਬਰ 2, ਜਦੋਂ ਅਗਲੀ ਚੋਣ ਆਏਗੀ ਉਹ ਐਲਾਨ ਹੋਏਗਾ, ਪਤਾ ਨਹੀਂ ਉਹ 3 ਮਹੀਨੇ ਨਾ ਕਰਾਉਣ, ਪਤਾ ਨਹੀਂ 4 ਮਹੀਨੇ ਨਾ ਕਰਾਉਣ, 6 ਮਹੀਨਿਆਂ ਦਾ ਟਾਈਮ ਹੁੰਦਾ ਜੀ। ਇਸ ਕਰਕੇ ਜਦੋਂ ਆਏਗਾ ਅਸੀਂ ਇਕੱਠੇ ਬੈਠਾਂਗੇ, ਬੈਠ ਕੇ ਵਿਚਾਰ ਕਰਾਂਗੇ, ਅੱਜ ਇਹ ਵਾਹਨ ਕੌਣ ਲੜੂ, ਕੌਣ ਨਾ ਲੜੂ, ਅੱਜ ਇਹ ਵਾਹਨ ਜੀ। ਬਹੁਤ ਸ਼ੁਕਰੀਆ ਭੁੰਦਰ ਸਾਹਿਬ, ਤੁਸੀਂ ਬਹੁਤ ਮਿਹਰਬਾਨੀ ਬੀਬਾ ਜੀ, ਬਹੁਤ ਧੰਨਵਾਦ ਤੁਹਾਡਾ। ਤਾਂ ਇਹ ਸਨ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਲਵਿੰਦਰ ਸਿੰਘ ਭੁੰਦੜ ਜੀ। ਜ਼ਿਮਨੀ ਚੋਣਾਂ ਬਾਰੇ ਗੱਲਬਾਤ ਹੋਈ ਹੈ, ਜ਼ਿਮਨੀ ਚੋਣਾਂ ਬਾਰੇ ਇਹਨਾਂ ਦਾ ਕਹਿਣਾ ਹੈ ਕਿ ਹਜੇ 4 ਜਿਹੜੀਆਂ ਸੀਟਾਂ ਨੇ ਉਹਨਾਂ 'ਤੇ ਜ਼ਿਮਨੀ ਚੋਣ ਦੇ ਵਿੱਚ ਕੁਝ ਸਮਾਂ ਬਾਕੀ ਹੈ, ਦੇਖਣਾ ਹੋਏਗਾ ਕਿਹੜੇ ਉਮੀਦਵਾਰ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਚੋਣ ਮੈਦਾਨ ਦੇ ਵਿੱਚ ਉਤਾਰਦਾ ਹੈ। ਫਿਲਹਾਲ ਮੈਨੂੰ ਹਰਸਿਮਰਨ ਕੌਰ ਦੇ ਇਜਾਜ਼ਤ, ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।